ਵਰਚਮਾ ਠੀਕ ਹੈ ਜੀ ਮੈਂ ਫੜੀ ਪਰਚੀ ਹੀ ਜਾਂਦਾ ਹਾਂ ਮੈਂ ਨਾਲੀ ਵੀ ਨਹੀਂ ਮਾਰ ਗਿਆ ਦੂਜੇ ਪਾਸੇ ਵੀ ਚੱਕ ਮੈਂ ਤਾਂ ਹੀ ਗਾਂ ਸਟੇਜ ਤੇ ਉਹੀ ਕਰਿਆ ਉਹ ਇੱਥੇ ਜੱਜ ਨਹੀਂ ਲੱਗਿਆ ਹੋਊਗਾ ਮੈਨੂੰ ਕੋਈ ਆ ਕੇ ਕਰੂਗਾ ਜਾਂ ਤਾਂ ਪੂਰੀ ਰਿਸਪੌਂਸਿਬਿਲਟੀ ਲਵੇ ਜ਼ਿੰਮੇਵਾਰੀ ਲਵੇ ਮੇਰੇ ਨਾਲ ਰਵੇ ਉਹ ਕਰਦੇ ਕਰਦੇ ਜੇ ਮੈਨੂੰ ਉਹਨਾਂ ਨੇ ਉਹੀ ਇੱਕ ਉਹੀ ਇੱਕ ਨਗ ਪੂਰਤੀ ਵਾਸਤੇ ਮੈਨੂੰ ਉਹਨਾਂ ਨੇ ਕਹਿੰਦੇ ਵੀ ਫੈਸਟੀਵਲ ਚ ਆਪਾਂ ਤੂੰ ਤਿਆਰੀ ਕਰ ਮਤਲਬ ਆਪਾਂ ਤੈਨੂੰ ਇੱਧਰ ਲੈ ਕੇ ਜਾਣਾ ਕਰਦੇ ਕਰਦੇ ਉਹਨਾਂ ਨੇ ਮਤਲਬ ਸੋਚਿਆ ਵੀ ਚਲੋ ਤੈਨੂੰ ਫੇਰ ਕਦੇ ਮੌਕਾ ਦੇਵਾਂਗੇ ਅਸੀਂ ਫੈਸਟੀਵਲ 'ਚ ਗਾਉਣ ਦਾ ਇਹ ਰਾਤ ਤੇ ਤੁਰੇਗਾ ਤਾਂ ਸਹੀ ਤਰੀਕੇ ਦੇ ਪਹੁੰਚੇਗਾ ਉਹ ਗੁਰੂ ਕੌਣ ਸੀ ਜੇ ਸਾਰੇ ਐਡੇ ਗੁਣੀ ਗਿਆਨੀ ਹੋ ਜਾਣ ਐਨੇ ਭੁੱਖ ਦੇਖਣ ਵਾਲੇ ਹੋ ਜਾਣ ਵੀ ਕਿਹਨੇ ਕੀ ਬਣਨਾ ਤੇ ਫਿਰ ਸਾਨੂੰ ਛੱਡੇ ਕੌਣ ਐਨੇ ਕਾਨੂੰ ਧੱਕੇ ਖਾਂਦੇ ਇਹਨੇ ਖੁਦ ਮਿਹਨਤ ਕੀਤੀ ਹੁੰਦੀ ਕਿਤੇ ਨਾ ਕਿਤੇ ਤੁਹਾਡੇ ਅੰਦਰ ਦੀ ਜਿਹੜੀ ਉਹ ਚੀਜ਼ ਆ ਬਿਲਕੁਲ ਤੁਸੀਂ ਸਸਿਕਾ ਦੋਸਤੋ ਬ੍ਰੇ ਵਾਈਬ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਕੰਨਾ ਨੂੰ ਸਵਾਗਤ ਕਰਦਾ ਅਕਸਰ ਆਪਾਂ ਪੰਜਾਬੀ 뮤직 ਇੰਡਸਟਰੀ ਦੀ ਗੱਲ ਕਰਦੇ ਰਹਿੰਦੇ ਆ ਪੰਜਾਬੀ 뮤직 ਇੰਡਸਟਰੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਹੋ ਚੁੱਕੀ ਆ ਬਹੁਤ ਪੈਸਾ ਆਇਆ 50 50 ਲੱਖ 60 60 ਲੱਖ ਕਰੋੜਾਂ ਤੱਕ ਗੱਲ ਚੱਲ ਜਾਂਦੀ ਐ ਇੱਕ ਵੀਡੀਓ ਬਣਾਉਣ ਦੇ ਪਿੱਛੇ ਜਿਹੜਾ ਅੱਜ ਦਾ ਦੌਰ ਆ ਨਾ ਪਹਿਲਾਂ ਆਪਾਂ ਕਹਿ ਸਕਦੇ ਆ ਕਿ ਇੱਕ ਸਿੰਗਲ ਟਰੈਕ ਆਉਂਦਾ ਆ ਬੰਦਾ ਜੇ ਹਿੱਟ ਹੋ ਜਾਂਦਾ ਨਾ ਤਾਂ ਵੱਡੀਆਂ ਵੱਡੀਆਂ ਗੱਲਾਂ ਕਰ ਲਾ ਜਾਂਦਾ ਬੌਂਸਰ ਰੱਖ ਲਾਂਦਾ ਪਤਾ ਨਹੀਂ ਕੀ ਕੁਝ ਕਰ ਲਾਂਦਾ ਪਰ ਉਹ ਇਹ ਨਹੀਂ ਜਾਣ ਦਿੰਦਾ ਕਿ ਜਿਹੜਾ ਮੈਂ ਗਾਣਾ ਕੱਢਿਆ ਉਹ ਕੱਢਿਆ ਤਾਂ ਪਬਲਿਕ ਵਾਸਤੇ ਆ ਤੇ ਜੇ ਪਬਲਿਕ ਨੂੰ ਹੀ ਨਾਲ ਨਹੀਂ ਲੱਗਣ ਦਵਾਗੇ ਬਾਉਂਸਰ ਰੱਖ ਲਾਂਗੇ ਉਹਨਾਂ ਨੂੰ ਫੋਟੋ ਵੀ ਨਹੀਂ ਖਿਚਾਣ ਦਵਾਗੇ ਫਿਰ ਇਹ ਸ਼ਾਨੋ ਸ਼ੌਕਤ ਦਾ ਕੀ ਫਾਇਦਾ ਪਰ ਕੁਝ ਲੋਕ ਨੇ ਜੋ ਗਾਣਾ ਹਿੱਟ ਵੀ ਹੋ ਜਾਂਦਾ ਪਰ ਫਿਰ ਵੀ ਆਪਾਂ ਕਹਿ ਸਕਦੇ ਹਾਂ ਕੋਈ ਇਨਕਮ ਦਾ ਸੋਰਸ ਨਹੀਂ ਬਣਦਾ ਤੇ ਜਿਹੜਾ ਸਟਰਗਲ ਆ ਉਹ ਗਾਣਾ ਹਿੱਟ ਹੋਣ ਤੋਂ ਪਹਿਲਾਂ ਵੀ ਉਦਾਂ ਹੀ ਚੱਲਦਾ ਸੀ ਤੇ ਗਾਣਾ ਹਿੱਟ ਹੋਣ ਤੋਂ ਬਾਅਦ ਵੀ ਉਦਾਂ ਹੀ ਚੱਲਦਾ ਮੈਂ ਗੱਲ ਕਰ ਰਿਹਾ ਅੱਜ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਚੱਠਾ ਜੀ ਗੁਰਪ੍ਰੀਤ ਚੱਠਾ ਜੀ ਤੁਸੀਂ ਇਹਨਾਂ ਦੇ ਬਹੁਤ ਗਾਣੇ ਹਿੱਟ ਵੀ ਨੇ ਕੁਝ ਦਰਸ਼ਕ ਦੇਖ ਵੀ ਰਿਓ ਦੇਖ ਰਹੇ ਹੋਣਗੇ ਉਹਨਾਂ ਨੂੰ ਸ਼ਾਇਦ ਯਾਦ ਨਾ ਹੋਵੇ ਕਿਤੇ ਨਾ ਕਿਤੇ ਅੱਜ ਵੀ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਯਾਦ ਨਹੀਂ ਹੋਊਗਾ ਕਿ ਇੰਨਾ ਵਧੀਆ ਹਿੱਟ ਗਾਣਾ ਹੋਣ ਦੇ ਬਾਵਜੂਦ ਵੀ ਲੋਕ ਕੋਲ ਖੜ ਕੇ ਉਹਨਾਂ ਦੀ ਗੱਲ ਕਰਦੇ ਸੀ ਕਿ ਬਾਈ ਇਹ ਗਾਣਾ ਬਹੁਤ ਵਧੀਆ ਆ ਪਰ ਗਾਇਆ ਕਿਨੇ ਆ ਇਹ ਨਹੀਂ ਪਤਾ ਸਰਨਾ ਨੇ ਗੁਰਪ੍ਰੀਤ ਛੱਟਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਪਰਸਨਲ ਲਾਈਫ ਦੇ ਬਾਰੇ ਕਿਵੇਂ ਸਫਰ ਰਿਹਾ ਕਿਦਾਂ ਅੱਜ ਕੱਲ੍ਹ ਨੇ ਆਉਣ ਵਾਲੇ ਫਿਊਚਰ ਬਾਰੇ ਕਿ ਕੀ ਆ ਰਹੇ ਨੇ ਮਾਰਕੀਟ 'ਚ ਲੈ ਕੇ ਨਵਾਂ ਆਪਾਂ ਉਹਨਾਂ ਨੇ ਕਿਹਾ ਬਹੁਤ ਬਹੁਤ ਸਵਾਗਤ ਹੈ ਗੁਰਪ੍ਰੀਤ ਛੱਟਾ ਜੀ ਤੁਹਾਡਾ ਵੀਰੇ ਸਤਿ ਸ਼੍ਰੀ ਅਕਾਲ ਜੀ ਪਾਜੀ ਮੈਂ ਜ਼ਿਆਦਾ ਕੁਝ ਨਹੀਂ ਪੁੱਛੂੰਗਾ ਸਭ ਤੋਂ ਪਹਿਲਾਂ ਤੇ ਜਿਹੜੇ ਸਾਡੇ ਸਰੋਤੇ ਹੋਣਗੇ ਉਹ ਜ਼ਰੂਰ ਜਾਣਨਾ ਚਾਹੁੰਦੇ ਹੋਣਗੇ ਗੁਰਪ੍ਰੀਤ ਛੱਟਾ ਅੱਜ ਬਹੁਤ ਵਧੀਆ ਨਾਮ ਬਣ ਚੁੱਕਿਆ ਆਇਆ ਇੰਨੇ ਵਧੀਆ ਗਾਣੇ ਹਿੱਟ ਦਿੱਤੇ ਨੇ ਸ਼ੁਰੂਆਤ ਦੀ ਗੱਲ ਕਰੀਏ ਤਾਂ ਕਿੱਦਾਂ ਸ਼ੁਰੂਆਤ ਹੋਈ ਗਾਣੇ ਵੱਲ ਨੂੰ ਹੀ ਕਿਉਂ ਕਦੋਂ ਗਾਣਾ ਸ਼ੁਰੂ ਕੀਤਾ ਕੋਈ ਪਰਿਵਾਰ ਦੇ ਵਿੱਚ ਗਾਉਂਦਾ ਸੀ ਜਾਂ ਪਹਿਲੇ ਸਖਸ਼ੋ ਜਿਹੜਾ ਸੰਗੀਤ ਵੱਲ ਨੂੰ ਚੱਲ ਪਏ ਹੈਗਾ ਤਾਂ ਪਹਿਲੇ ਹੀ ਆ ਜੀ ਅੱਛਾ ਹਾਂ ਜੀ ਪਹਿਲੇ ਹੀ ਆ ਤੇ ਪਰ ਮੈਂ ਪਹਿਲਾਂ ਤਾਂ ਵੀ ਨਹੀਂ ਹੋਣਾ ਐ ਜਿਵੇਂ ਆਪਣੇ ਪਿੰਡਾਂ 'ਚ ਤਾਂ ਸਾਡੀਆਂ ਬੇਬੇ ਗਾਉਂਦੀਆਂ ਹੁੰਦੀਆਂ ਨੇ ਇੰਨਾ ਮਾੜਾ ਮੋਟਾ ਤੁਹਾਨੂੰ ਪਤਾ ਹੀ ਐ ਜਿਵੇਂ ਪਿੰਡਾਂ 'ਚ ਆਪ ਰਹੇ ਹਾਂ ਤੇ ਸਾਡੇ ਸਾਡੇ ਆਪਣੇ ਪੁਰਾਣੇ ਜਿਵੇਂ ਹੁੰਦਾ ਨਾ ਸਿਸਟਮ ਹਾਂਜੀ ਹਾਂਜੀ ਤੇ ਹਾਂਜੀ ਪਰ ਗਾਉਣ ਵਾਲਾ ਤਾਂ ਮੈਂ ਪਹਿਲੇ ਹੀ ਆ ਬਾਕੀ ਤਾਂ ਸਾਡੇ ਸਾਰੇ ਡਰਾਈਵਰਾਂ ਦਾ ਲਾਣਾ ਹੀ ਆ ਜੀ ਅੱਛਾ ਪਰ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਸਾਰੇ ਬੇਬੇ ਬਾਪੂ ਸਾਰੀ ਸਾਰੇ ਪੂਰੇ ਫੈਮਿਲੀ ਫੈਮਿਲੀ ਹਾਂਜੀ ਹਾਂਜੀ ਜਾਨੀ ਜੇ ਆਪਾਂ ਕਹਿ ਸਕੀ ਤਾਂ ਪਰਿਵਾਰ ਦੇ ਲਾਣੇ ਵਾਣੇ ਵਿੱਚੋਂ ਪਹਿਲੇ ਸਿੰਗਰ ਹੋ ਤੁਸੀਂ ਜਿਹੜਾ ਇੰਨਾ ਵਧੀਆ ਗਾਉਂਦੇ ਹੋ ਜਦੋਂ ਆਪਾਂ ਗਾਣਾ ਸ਼ੁਰੂ ਕਰਦੇ ਆ ਤਾਂ ਹਮੇਸ਼ਾ ਇੱਕ ਸੈਕਸ਼ਨ ਨੂੰ ਲੋਡ ਪੈਂਦੀ ਆ ਕਿ ਸਹੀ ਡਾਇਰੈਕਸ਼ਨ ਮਿਲੇ ਉਹ ਰਾਹ ਦੱਸ ਸਕੇ ਕਿ ਜਿਸ ਨੂੰ ਆਪਾਂ ਕਹਿੰਦੇ ਨਾ ਗੁਰੂ ਧਾਰਿਆ ਇਹ ਮੈਂ ਇਹਨਾਂ ਨੂੰ ਫੋਲੋ ਕਰਦਾ ਸੀ ਇਹਨਾਂ ਨੇ ਮੈਨੂੰ ਦੱਸਿਆ ਕਿ ਭਰਾ ਆਏ ਰਾਹ ਤੇ ਜਾਣਾ ਇਹ ਰਾਹ ਤੇ ਤੁਰੇਗਾ ਤਾਂ ਸਹੀ ਤਰੀਕੇ ਤੇ ਪਹੁੰਚੇਗਾ ਉਹ ਗੁਰੂ ਕੌਣ ਸੀ ਐਵੇਂ ਜੀ ਇਹ ਤਾਂ ਇੱਕ ਜਰਨੀ ਆ ਇਹਦੇ 'ਚ ਤੁਸੀਂ ਪੁਆਇੰਟ ਆਊਟ ਮਤਲਬ ਇਦਾਂ ਨਹੀਂ ਕਰ ਸਕਦੇ ਕਿ ਮੈਂ ਕਹਦਾਂ ਆ ਫਲਨ ਆ ਏਸੀ ਆ ਇਦਾਂ ਬਹੁਤ ਬੜਾ ਯੋਗਦਾਨ ਹੁੰਦਾ ਕਈ ਲੋਕ ਕਈਆਂ ਦਾ ਤਾਂ ਬਸਾਰਾਂ ਦਾ ਜ਼ਿਕਰ ਵੀ ਹੁੰਦਾ ਨੀਗਾ ਜਿਵੇਂ ਸਭ ਤੋਂ ਪਹਿਲਾਂ ਜਦੋਂ ਮੇਰੇ ਪਿੰਡ 'ਚ ਸੀਗੇ ਬਾਬਾ ਪਿਆਰਾ ਜੀ ਤੇ ਉਹ ਕਾਫੀ ਚਿਰ ਥੋੜਾ ਜਿਹਾ ਹੋ ਗਿਆ ਪਿੱਛੇ ਜੇ ਪੂਰੇ ਹੋ ਗਏ ਤੇ ਬਹੁਤ ਪਿਆਰ ਸੀਗਾ ਸਭ ਤੋਂ ਪਹਿਲੇ ਮੇਰੇ ਉਸਤਾਦ ਮੇਰੇ ਗੁਰੂ ਆਪਾ ਪਿਆਰਾ ਜੀ ਸੀ ਉਹ ਅਸਲ 'ਚ ਉਹ ਮੈਨੂੰ ਲੈ ਕੇ ਗਏ ਸੀ ਅਸਲ 'ਚ ਉਹ ਮੇਰੇ ਐ ਗੁਰੂ ਤਾਂ ਉਹਨਾਂ ਨੇ ਨਹੀਂ ਕਹਾ ਜਾਂ ਨਹੀਂ ਬਣੇ ਉਹਨਾਂ ਨੇ ਕਿਹਾ ਚਲ ਜਰ ਮੈਂ ਤੈਨੂੰ ਲੈ ਕੇ ਜਾਣਾ ਸਾਡੇ ਗੁਰਦੁਆਰਾ ਸਾਹਿਬ ਸੀਗੇ ਸਾਡੇ ਬਾਬਾ ਜੀ ਆਏ ਸੀ ਬਾਬਾ ਪ੍ਰਗਟ ਸਿੰਘ ਜੀ ਅੱਛਾ ਰਾਗੀ ਸੀਗੇ ਤੇ ਬਹੁਤ ਪਿਆਰੇ ਤੇ ਇਸ ਵੇਲੇ ਉਹ ਤਲਵੰਡੀ ਸਾਬੂ ਮਾਨਸਾ 'ਚ ਤੇ ਉੱਥੇ ਨੇ ਉੱਥੇ ਹਾਂਜੀ ਉਹਨਾਂ ਕੋਲੇ ਤੇ ਫਿਰ ਉਹਨਾਂ ਕੋਲੇ ਮੈਂ ਰਹਾ ਫਿਰ ਉਧਰੋਂ ਫਿਰ ਉਹ ਕਿਤੇ ਜਿਵੇਂ ਤੁਹਾਨੂੰ ਪਤਾ ਬਦਲੀ ਆਪਾਂ ਜਾਂਦੇ ਰਹੇ ਨੇ ਕਿਤੇ ਹੋਰ ਚਲੇ ਗਏ ਉਹ ਹਾਂਜੀ ਉਹ ਮਤਲਬ ਚਲੇ ਗਏ ਬਾਬਾ ਜੀ ਉੱਥੋਂ ਕਿਤੇ ਹੋਰ ਚਲੇ ਗਏ ਤਾਂ ਫਿਰ ਮੈਂ ਫਿਰ ਇਧਰੇ ਬਾਈ ਆਏ ਗੁਰਪ੍ਰੀਤ ਗੁਰਪ੍ਰੀਤੇ ਨੂੰ ਜਿਹੜੇ ਮੇਰੇ ਮਤਲਬ ਉਸਤਾਦ ਜੀ ਉਸ ਤੋਂ ਬਾਅਦ ਆਏ ਫਿਰ ਐਵੇਂ ਮਤਲਬ ਸਾਰੀਆਂ ਚੀਜ਼ਾਂ ਚੱਲੀਆਂ ਜਿਵੇਂ ਕਾਲਜ 'ਚ ਸੀਗੇ ਸਾਡੇ ਡਾਕਟਰ ਅਰਸ਼ਪਾਲ ਸਰ ਸੀਗੇ ਅਰਸ਼ਪਾਲ ਸਿੰਘ ਜੀ ਕਾਲਜ 'ਚ ਵੀ ਗਾਉਂਦੇ ਰਹੇ ਹਾਂ ਫਿਰ ਕਾਲਜ 'ਚ ਜਿਵੇਂ ਜਿਹੜੇ ਫੰਕਸ਼ਨ ਹੁੰਦੇ ਨੇ ਸੀ ਉਹਨਾਂ ਦੇ ਉੱਤੇ ਵੀ ਹਾਂਜੀ ਉਹਦੇ 'ਚ ਵੀ ਗਾਇਆ ਮੈਂ अच्छा हां जी वे तो यार दोस्त हुँ। आ फिर कहंदे ਹੋਣਗੇ ਤੁਹਾਡੇ ਨਾਲ ਆ ਫਿਰਦੇ ਹੋਣਗੇ ਕਿ ਸਾਡਾ ਯਾਰ ਗਾਉਂਦਾ ਹੈ ਇੱਕ ਆ ਜਾਂਦਾ ਸਾਡਾ ਯਾਰ ਕਿੰਨਾ ਸੋਹਣਾ ਗਾਉਂਦਾ ਅਕਸਰ ਫਰਮੈਸ਼ ਵੀ ਕਰਦੇ ਹੋਣਗੇ ਮੈਂ ਜੀ ਅਸਲ ਚ ਇੱਕ ਚੀਜ਼ ਸੀਗੀ ਜਿਵੇਂ ਕਾਲਜ ਚ ਸੀਗੀ ਅਸੀਂ ਫਸਟ ইয়ার ਦੀ ਗੱਲ ਹੈ ਗੁਰੂ ਨਾਨਕ ਕਾਲਜ ਬੁੜਲਾਡਾ ਉੱਥੇ ਮੈਂ ਗ੍ਰੈਜੂਏਸ਼ਨ ਕੀਤੀ ਆ ਤੇ ਉਦੋਂ ਮਤਲਬ ਸਰ ਸਾਡੇ ਨਹੀਂ ਸੀਗੇ ਰਸ਼ਪਾਲ ਸਰ ਨਹੀਂ ਸੀਗੇ ਤੇ ਉਦੋਂ ਕੋਈ ਹੋਰ ਕਿੰਨਾ ਦੀ ਕਿਸੇ ਦੀ ਡਿਊਟੀ ਸੀਗੀ ਉਹ ਕਰਦੇ ਕਰਦੇ ਉਹਨਾਂ ਨੇ ਮਤਲਬ ਸੋਚਿਆ ਵੀ ਚਲੋ ਤੈਨੂੰ ਫੇਰ ਕਦੇ ਮੌਕਾ ਦੇਵਾਂਗੇ ਅਸੀਂ ਫੈਸਟੀਵਲ ਚ ਗਾਉਣ ਦਾ ਤੋ ਨਮਾਇਆ ਵੀ ਹਲੇ ਰਹਿਣ ਦੇ ਵੀ ਇਹ ਇਤਨੇ ਚਲੋ ਹਾਂ ਹਾਂ ਠੀਕ ਆ ਚਲੋ ਉਹਨਾਂ ਕੋਲੋਂ ਤੇ ਉਹ ਮੈਂ ਕਰਦੇ ਕਰਦੇ ਮੈਂ ਹੀ ਬੈਠਾ ਸੀਗਾ ਕਰਦੇ ਕਰਦੇ ਜੇ ਵੀ ਮੈਂ ਥੋੜੀ-ਮੋਟੀ ਇਹ ਐਕਟਰਾਂ ਦੀਆਂ ਆਵਾਜ਼ਾਂਆਂ ਕੱਢਦਾ ਸੀਗਾ ਕੁਝ ਆਪ ਹੀ ਮਾੜਾ-ਮੋਟਾ ਜਿਵੇਂ ਆਪਾਂ ਕਰੇ ਕਰਦੇ ਨੇ ਪਿੰਡ ਸਾਰੀ ਕਰ ਲੈਂਦੇ ਨੇ ਇੰਨਾ ਕੁ ਤਾਂ ਉਹ ਕਰਦੇ ਕਰਦੇ ਜੇ ਮੈਨੂੰ ਉਹਨਾਂ ਨੇ ਉਹੀ ਇੱਕ ਉਹੀ ਇੱਕ ਨਗ ਪੂਰਤੀ ਵਾਸਤੇ ਮੈਨੂੰ ਉਹਨਾਂ ਨੇ ਕਹਿੰਦੇ ਵੀ ਫੈਸਟੀਵਲ 'ਚ ਆਪਾਂ ਤੂੰ ਤਿਆਰੀ ਕਰ ਮਤਲਬ ਆਪਾਂ ਤੈਨੂੰ ਇੱਧਰ ਲੈ ਕੇ ਜਾਣਾ ਉਹ ਫਿਰ ਉਵੇਂ ਜਿਵੇਂ ਤੁਸੀਂ ਕਿਹਾ ਯਾਰ ਦੋਸਤਾਂ ਫਿਰ ਉਹ ਜਦੋਂ ਮੈਂ ਇਹਨਾਂ ਨੂੰ ਮੈਂ ਕਿਹਾ ਯਾਰ ਮੈਂ ਆ ਕਰ ਰਿਹਾ ਹਾਂ ਇਦਾਂ ਕਰਕੇ ਉਹ ਕਹਿੰਦੇ ਬਾਈ ਜਿਹੜਾ ਸਾਡੇ ਟੈਲੈਂਟ ਹੰਟ ਸੀਗਾ ਉਹਦੇ ਤੇ ਮੈਂ ਪਰਫਾਰਮ ਕੀਤਾ ਸਾਡੇ ਫਿਜ਼ੀਕਲ ਦੇ ਸਰ ਸੀਗੇ ਤੇ ਹਿੰਦੀ ਦੇ ਸਰ ਸੀਗੇ ਔਰ ਸਤਗੁਰ ਸਰ ਸੀ ਮਤਲਬ ਕਾਫੀ ਉਹਨਾਂ ਨੇ ਸਪੋਰਟ ਕਰਦੀ ਚੰਗੇ ਉਹ ਫਿਰ ਉਹਨਾਂ ਨੇ ਇੱਕੋ ਦਾ ਵੀ ਜਦੋਂ ਉਹਨਾਂ ਨੇ ਉੱਥੇ ਪਰਫਾਰਮ ਕਰਦੇ ਨੂੰ ਦੇਖਿਆ ਉਹ ਉਹ ਕਹਿੰਦੇ ਬਾਈ ਹੁਣ ਤਾਂ ਆਪਾਂ ਤੂੰ ਤੂੰ ਹੀ ਤੇਥੋਂ ਪਹਿਲਾਂ ਅਸੀਂ ਅਸੀਂ ਹੋਵਾਂਗੇ ਉੱਥੇ ਤਾਂ ਮੇਰੇ ਅੱਜ ਵੀ ਯਾਦ ਆ ਉਹਦੀ ਇੱਕ ਵੀਡੀਓ ਸੀਗੀ ਸਾਡੇ ਕੋਲ ਪਈਆ ਵੀਡੀਓ ਸੀਡੀ ਹੈਗੀ ਹੈ ਮੇਰੇ ਕੋਲ ਹਾਂ ਉਹ ਬੋਲਟ ਬੁਲਟ ਤੋਂ ਲੈ ਕੇ ਪਤਾ ਨਹੀਂ ਕੀ ਕੋ ਸਾਰਾ ਕਾਲਜ ਉੱਥੇ ਸੀਗਾ ਭਿੱਖੀ ਫੈਸਟੀਵਲ ਹੋਇਆ ਸੀ ਉਹ ਸਾਰੇ ਮੰਡੀ ਸਾਰੇ ਮੁੰਡੇ ਉਹਨਾਂ ਨੇ ਹਾਂ ਉਹ ਅੱਜ ਵੀ ਮੇਰੇ ਯਾਦ ਆਉਂਦਾ ਕਦੇ ਕਦੇ ਮੈਂ ਕਹਿੰਦਾ ਯਾਰ ਕਿੰਨਾ ਪਿਆਰ ਕਰਦੇ ਹੁੰਦੇ ਆ ਜਿਹੜੇ ਨਹੀਂ ਉਦੋਂ ਤਾਂ ਪੂਰੀ ਸਟਾਰ ਫੀਲਿੰਗ ਪੂਰਾ ਵਧੀਆ ਲੱਗਦਾ ਹੋਊਗਾ ਜਦੋਂ ਲੋਕੀ ਇੰਨਾ ਸਪੋਰਟ ਕਰਦੇ ਨੇ ਇੰਨਾ ਪਿਆਰ ਕਰਦੇ ਨੇ ਨਹੀਂ ਸਟਾਰ ਟੂਰ ਤਾਂ ਇਹ ਤਾਂ ਮੈਂ ਨਹੀਂ ਇਦਾਂ ਦੇ ਕੋਈ ਸ਼ਬਦ ਕਹਿੰਦਾ ਤੁਹਾਨੂੰ ਪਰ ਇੱਕ ਪਿਆਰ ਹੁੰਦਾ ਹੂੰ ਜਦੋਂ ਤੁਹਾਡੇ ਯਾਰ ਤੁਹਾਨੂੰ ਤਾਨੂੰ ਕਹਿੰਦੇ ਨੇ ਓਏ ਤੂੰ ਗਾਉਂਦਾ ਕਿਵੇਂ ਨਹੀਂ ਤੂੰ ਜੇ ਉਹਨਾਂ ਨੂੰ ਪਤਾ ਲੱਗ ਜਾਏ ਵੀ ਤੂੰ ਦੱਸ ਕਿਹੜਾ ਨਹੀਂ ਤੈਨੂੰ ਗਵਾਉਂਦਾ ਅਸੀਂ ਬੈਠੇ ਹਾਂ ਨਾ ਤੁਹਾਨੂੰ ਪਤਾ ਕਾਲਜ 'ਚ ਤਾਂ ਸਾਰੇ ਅੱਛਾ ਸੱਚ ਹੋਰ ਦੱਸਦਾ ਮੈਂ ਰਣਵੀਰ ਕਾਲਜ 'ਚ ਸੀਗਾ ਥੋੜਾ ਚਿਰ ਰਿਹਾ ਰਣਵੀਰ ਕਾਲਜ ਸੰਗਰੂਰ ਉੱਥੇ ਸਾਡੇ ਮਿੱਤਰ ਹੁੰਦੇ ਸੀਗੇ ਜਿਹੜੇ ਪ੍ਰਧਾਨ ਨਹੀਂ ਹੁੰਦੇ ਕਾਲਜ ਦੇ ਜਿਵੇਂ ਜਾਂ ਥੋੜੀ ਤਕੜੇ ਵੀ ਕੋਈ ਕਰਦੇ ਆ ਵੀ ਜਿਵੇਂ ਮੁੰਡੇ ਲੀਡ ਜੀ ਕਰਦੇ ਜਾਂ ਕੋਈ ਹੁੰਦੇ ਨੇ ਉਹਨਾਂ ਦੇ ਗਰੁੱਪ ਜੀ ਜਾਂ ਕੋਈ ਐਵੇਂ ਹੁੰਦਾਗਾ ਮੈਂ ਤਾਂ ਸਿੱਧਾ-ਸਿੱਧਾ ਮੇਰਾ ਤਾਂ ਕੋਈ ਇਦਾਂ ਦਾ ਲਿੰਕ ਨਹੀਂ ਸੀ ਜਾਂ ਮੈਂ ਕੋਈ ਇਹੋ ਜਿਹਾ ਕਦੇ ਰਹਿਆ ਨਹੀਂ ਨਾ ਮੈਨੂੰ ਕੋਈ ਪਤਾ ਸੀ ਨਾ ਮੈਂ ਕਦੇ ਮੁੰਡੇ ਮੁੰਡੇ ਚ ਬਾਹਲਾ ਮੈਂ ਮੰਦਿਰ ਚ ਰਹਿਾਂਗਾ ਉਹ ਮੈਂ ਆ ਉੱਥੇ ਬੈਠਾ ਮਤਲਬ ਉਹ ਪਤਾ ਲੱਗ ਗਿਆ ਛਾ ਯਾਰ ਇੱਕ ਗਾਉਂਦਾ ਮੈਨੂੰ ਕਹਿੰਦੇ ਉਰੇ ਆਂ ਯਾਰ ਮੈਨੂੰ ਕਹਿੰਦੇ ਐਂ ਜਿ ਬੁਲਾਇਆ ਹਾਂ ਜੀ ਉਹ ਤਕੜੇ ਸੀ ਸਾਰੇ ਉਹਨ ਵੱਡੇ ਸੀ ਤਾਂ ਹੋਵਾਂਗੇ ਕੀ ਕਰੀ ਨਾ ਵੱਡੇ ਸੀ ਕਿ ਤਾ ਉਹ ਐਂ ਕਰਦੇ ਕਾਲਜ ਚ ਕਿਦਾਂ ਕਰਦੇ ਆ ਤੇ ਹਾਂ ਕਹਿੰਦਾ ਭਾਈ ਯਾਰ ਉਹ ਤੂੰ ਗਾਉਂਦਾ ਸੀ ਇਦਾਂ ਦਾ ਕਰਕੇ ਉੱਥੇ ਹਾਂ ਭਾਈ ਉਹਨਾਂ ਨੇ ਮੈਨੂੰ ਅੱਜ ਵੀ ਯਾਦ ਨੇ ਮੈਨੂੰ ਨਾਮ ਨਹੀਂ ਯਾਦ ਉਹਨਾਂ ਨੇ ਪਾਈਆਂ ਦੇ ਬਹੁਤ ਪਿਆਰ ਸੀ ਬਹੁਤ ਪਿਆਰ ਕਰਦੇ ਸੀ ਸਾਰੇ ਜਾਣੇ ਨਾ ਥੱਲੇ ਬੈਂਚ ਤੇ ਮੈਨੂੰ ਬਿਠਾਇਆ ਥੱਲੇ ਬੈਠ ਕੇ ਸਾਰੇ ਜਾਣੇ ਉਹ ਅੱਛਾ ਥੱਲੇ ਹਾਂ ਧਰਤੀ ਤੇ ਥੱਲੇ ਸੱਚੀ ਕਹਿ ਰਿਹਾ ਮੈਂ ਹਾਂ ਥੱਲੇ ਬੈਠੇ ਕਹਿੰਦੇ ਕਲਾਕਾਰ ਤੂੰ ਕੋਈ ਯਾਰ ਦਿਲ ਜੇ ਟੁੱਟੇ ਵਾਲਾ ਸੁਣਨਾ ਹਨਾ ਤੇ ਹਨਾ ਵੀ ਦਿਲ ਜੇ ਟੁੱਟੇ ਵਾਲਾ ਸੁਣਨਾ ਚਲੋ ਠੀਕ ਆ ਉਹ ਫਿਰ ਉਹਨਾਂ ਦਾ ਡੇਲੀ ਦਾ ਹੋ ਗਿਆ ਜਿਵੇਂ ਤੁਸੀਂ ਫਿਲਮ ਚ ਦੇਖਦੇ ਆਪਾਂ ਟੀਵੀ ਤੇ ਦੇਖਦੇ ਆ ਨਾ ਵੀ ਐ ਕਰਕੇ ਕਰਦੇ ਆ ਸੱਚੀ ਬਾਈ ਮੈਂ ਮੇਰੇ ਲੈਕਚਰ ਚ ਬਾਈ ਮਤਲਬ ਬੜਾ ਪਿਆਰ ਨਾਲ ਬੋਲਦੇ ਸੱਚੀ ਵਿੱਚ ਹੀ ਤੇ ਬਾਈ ਯਾਰ ਮਕਲਾਕਰ ਮਾੜੀ ਹਾਜ਼ਰੀ ਲਵਾਜਾ ਕਰ ਮਾਹ ਬਾਈ ਯਾਰ ਮੈਂ ਕਹਣਾ ਕੀ ਹੋ ਗਿਆ ਕੋਈ ਅ ਮਤਲਬ ਤੂੰ ਤੈਨੂੰ ਸਾਡੇ ਤੋਂ ਕੋਈ ਚੱਕਰ ਮਹਾਨਾ ਹੈ ਯਾਰ ਵੀ ਮੈਂ ਹੁਣ ਮੇਰੀ ਆਪਦੀ ਕੋਈ ਕੋਈ ਚੱਕਰ ਆ ਕੋਈ ਪ੍ਰੋਬਲਮ ਚ ਆ ਜਾਂ ਕੁਛ ਆ ਸੌ ਚੀਜ਼ਾਂ ਚੱਲਦੀਆਂ ਨੇ ਤੇ ਫਿਰ ਉਹਨਾਂ ਨੇ ਕਹਣਾ ਚੰਗਾ ਤੂੰ ਤੈਨੂੰ ਚਾਹੀਦਾ ਕਿ ਤੂੰ ਕਿਵੇਂ ਸੁਣਾਇਆ ਤਾਂ ਦੱਸਦੇ ਤੂੰ ਖੁਸ਼ ਕਿਵੇਂ ਹੋਏਗਾ ਮੈਂ ਕਿਹਾ ਨਹੀਂ ਖੁਸ਼ ਬਸ ਮੈਨੂੰ ਮੇਰਾ ਜਦੋਂ ਜੀ ਕਰੂਗਾ ਮੈਂ ਉਦੋਂ ਆਉ ਮੈਨੂੰ ਕੋਈ ਮਜਬੂਰੀ ਨਹੀਂ ਹੋਣੀ ਚਾਹੀਦੀ ਕਿ ਮੈਂ ਤੈਨੂੰ ਸੁਣਾਵਾਂ ਐਦਾਂ ਕਰਾ ਪਰ ਉਹ ਚਲੋ ਇੱਕ ਪਿਆਰ ਜਿਹਾ ਹੁੰਦਾ ਤੇ ਉਹ ਬਾਲਾ ਹੀ ਬਾਲਾ ਚੰਗਾ ਸੀਗਾ ਉਹ ਹਾਂਜੀ ਬਾਲਾ ਤੇ ਹਾਂ ਐਵੇਂ ਹੀ ਸੁਣਦੇ ਸੀ ਹੋ ਰੋਜ਼ ਦੇ ਜਦੋਂ ਵੀ ਹੁੰਦਾ ਸੀ ਉਹਨਾਂ ਦਾ ਸਿਰਫ ਇੱਕ ਚੀਜ਼ ਹੁੰਦੀ ਸੀ ਵੀ ਬਾਬਾ ਜੀ ਅਸੀਂ ਤਾਂ ਥੱਲੇ ਸੱਚੀ ਐਵੇਂ ਕਰਦੇ ਸੀ ਉਹ ਹਾਂ ਸੱਚੇ ਐਵੇਂ ਕਰਦੇ ਸੀ ਪਿਆਰ ਕਿ ਉਹ ਥੱਲੇ ਬੈਠਦੇ ਸੀ ਕਿ ਮੈਂ ਕਹਿੰਦਾ ਯਾਰ ਐਂ ਕਾਨੂੰ ਮੈਨੂੰ ਹੋਰ ਕੀ ਜੀਵ ਜਿਆ ਕਰਦੇ ਹੋ ਤੁਸੀਂ ਹਾਂ ਜਦੋਂ ਸ਼ੁਰੂ 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 ਚ ਤਾਂ ਇਦਾਂ ਹੀ ਲੱਗਦਾ ਹੁੰਦਾ ਕਿ ਯਾਰ ਆ ਇਦਾਂ ਕਾਤੇ ਕਰ ਰਹੇ ਮੈਂ ਇੰਨੇ ਯੋਗਾ ਨਹੀਂ ਹੈਗਾ ਕਿਉਂਕਿ ਆਪਣੀ ਪਹਿਚਾਨ ਬੰਦਾ ਖੁਦ ਹੀ ਨਹੀਂ ਜਾਣ ਪਾਉਂਦਾ ਕਿ ਮੈਂ ਕਿੰਨਾ ਸੋਹਣਾ ਗਾ ਲੰਨਾ ਨਹੀਂ ਨਹੀਂ ਉਹ ਇਦਾਂ ਵੀ ਕੋਈ ਗੱਲ ਨਹੀਂ ਸੋਹਣਾ ਗਾ ਲੰਨੇ ਆ ਵੀ ਜਾਂ ਸਿਰਫ ਇੰਨੀ ਗੱਲ ਹੈ ਕਿ ਉਹ ਆਪਾਂ ਪਾਈਆਂ ਸਾਰੇ ਆਪਾਂ ਆਪਾਂ ਸਾਰੇ ਇਨਸਾਨ ਆ ਉਹ ਰਿਸਪੈਕਟ ਬਰਾਬਰ ਜੇ ਬਾਲਾ ਸੋਹਣਾ ਵੀ ਗਾ ਲੰਦਾਗਾ ਫਿਰ ਕੀ ਮੈਂ ਰੱਬ ਹੋ ਗਿਆ ਹਾਂ ਨਹੀਂ ਆਪਾਂ ਫਿਰ ਵੀ ਭਰਾਗੇ ਆਪਾਂ ਅੱਜ ਵੀ ਭਰਾ ਆਪਾਂ ਕੱਲ ਵੀ ਭਰਾਗੇ ਗੱਲ ਤਾਂ ਮੁਹੱਬਤ ਦਾ ਜਿਹੜਾ ਕਨੈਕਸ਼ਨ ਉਹ ਵੱਡਾ ਕਨੈਕਸ਼ਨ ਆ ਨਾ ਹੂੰ ਹਾਂਜੀ ਤੁਸੀਂ ਕਾਲਜ ਦੇ ਵਿੱਚ ਗਾਇਆ ਨੇ ਵਧੀਆ ਸਪੋਰਟ ਮਿਲੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਕੋਈ ਸਪੋਰਟ ਕਰੇ ਹਰ ਕੋਈ ਕਈ ਵਾਰ ਅਗਲਾ ਵਿੱਚੋਂ ਵਿੱਚੋਂ ਖਾਰ ਵੀ ਖਾਂਦਾ ਕੋਈ ਅਗਲਾ ਵਿੱਚੋਂ ਵਿੱਚੋਂ ਕਹਿੰਦਾ ਹੁੰਦਾ ਪਿੱਠ ਵਿੱਚ ਗੱਲਾਂ ਵੀ ਕਰਦੇ ਹੁੰਦੇ ਨੇ ਯਾਰ ਇਹ ਕੀ ਗਾਈ ਜਾਂਦਾ ਯਾਰ ਚੱਲ ਗਾਲਨ ਦਾ ਫਿਰ ਇਹਦੇ ਮਗਰ ਹੀ ਹੋਗੀ ਦੁਨੀਆ ਹੁਣ ਠੀਕ ਐ ਕੁਝ ਮਿਲੇ ਹੋਣਗੇ ਜ਼ਿੰਦਗੀ ਦੇ ਵਿੱਚ ਐਸੇ ਬੰਦੇ ਜਿਨ੍ਹਾਂ ਨੇ ਸ਼ੁਰੂਆਤ ਦੇ ਵਿੱਚ ਹੀ ਛੱਟਾ ਜੀ ਦੀ ਲੱਤਾਂ ਖਿੱਚਣੀਆਂ ਸ਼ੁਰੂ ਕਰਤੀਆਂ ਕਿ ਨਹੀਂ ਯਾਰ ਇਹ ਨਹੀਂ ਤੂੰ ਕਹਣਾ ਇਹ ਕੀ ਕਾਈ ਜਾਂਦਾ ਲੈ ਕੋਈ ਗੱਲ ਆ ਇਹ ਇੱਕ ਨਾ ਕੋਈ ਪਹਿਲਾਂ ਤਾਂ ਮੈਂ ਤੁਹਾਨੂੰ ਕਾਲਜ ਦੀ ਗੱਲ ਦੱਸਦਾ ਮੈਂ ਕੋਈ ਜਿਹੜਾ ਮੈਂ ਪਰਫਾਰਮ ਕਰਨਾ ਸੀਗਾ ਮੇਰੀ ਸ਼ੁਰੂ ਤੋਂ ਹੁਣ ਤੱਕ ਕਿ ਜੋ ਮੈਂ ਪਰਫਾਰਮ ਕਰਨਾ ਜੋ ਮੈਂ ਕਰਨਾ ਕੋਈ ਇੱਥੇ ਜੱਜ ਨਹੀਂ ਲੱਗਿਆ ਹੋਇਆਗਾ ਮੈਨੂੰ ਕੋਈ ਆ ਕੇ ਕਰੂਗਾ ਜਾਂ ਤਾਂ ਪੂਰੀ ਰਿਸਪੌਂਸਿਬਿਲਟੀ ਲਵੇ ਜ਼ਿੰਮੇਵਾਰੀ ਲਵੇ ਮੇਰੇ ਨਾਲ ਰਵੇ ਜਿੰਨਾ ਟਾਈਮ ਮੈਂ ਤਿਆਰੀ ਕਰਦਾ ਪੂਰੀ ਦੇਖਰੇਖ ਚੋਵੇ ਐਡਾ ਕੋਈ ਨਹੀਂ ਹੈਗਾ ਕਿ ਮੈਨੂੰ 5 ਮਿੰਟ ਚ ਸੁਣ ਕੇ ਜੱਜਮੈਂਟ ਦੇ ਕੇ ਚਲਾ ਜਾਊਗਾ ਮੈਂ ਸ਼ੁਰੂ ਤੇ ਮੈਂ ਇਹ ਜਾਈਆ ਤੇ ਉਹ ਮੇਰੇ ਜਿਹੜੇ ਸਰਸ ਜਿਨ੍ਹਾਂ ਨੂੰ ਜਿਵੇਂ ਮੇਰੇ ਸਤਗੁਰ ਸਰ ਸੀਗੇ ਸਾਡੇ ਹੋਰ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਮੈਂ ਕਹਾ ਸਰ ਮੈਨੂੰ ਐ ਨਾ ਕਰੋ ਐਵੇਂ ਮੈਂ ਥੋੜਾ ਜਿਹਾ ਬੰਦੇ ਨੂੰ ਨਾ ਉਹ ਕਰ ਦਿੰਦੇ ਨੇ ਡੀਮੋਟੀਵੇਟ ਜੀ ਵੀ ਵੀ ਨਹੀਂ ਜੀ ਉਹਨਾਂ ਨੇ ਕੀ ਕਰੇ ਮੇਰੇ ਕੋਲ ਕੁਝ ਚੀਜ਼ਾਂ ਸੀ ਜਿਹੜੀਆਂ ਜਿਹੜੀਆਂ ਮੇਰੀਆਂ 5 6 ਚੀਜ਼ਾਂ ਬਹੁਤ ਕੀਮਤੀ ਸੀਗੀਆਂ ਉਹਨਾਂ ਨੇ ਨਾ ਵਿੱਚ ਪੈਨ ਪੈਨਸਲ ਲੈ ਕੇ ਇਦਾਂ ਬੈਠ ਕੇ ਕਾਪੀ ਪੈਨ ਲੈ ਕੇ ਹੂੰ ਕਾਟਾ ਮਾਰਤਾ ਇੱਕ ਤੇ ਐ ਦੋ ਤਿੰਨ ਇਦਾਂ ਦਾ ਕੱਟਤਾ ਮੇਰੀ ਅੱਧਿਕ ਸਕ੍ਰਿਪਟ ਰਹਿ ਗਈ ਉਹ ਜਿਹੜੀ ਮੈਂ ਕਰਨੀ ਸੀ ਉਹ ਹਾਂਜੀ ਤਾਂ ਜਦੋਂ ਮੈਂ ਮੈਨੂੰ ਕਹਿੰਦੇ ਵੀ ਐਂ ਕਰੋ ਗੁਰਪ੍ਰੀਤ ਇਹ ਥੋੜਾ ਗਲਤ ਆ ਗਏ ਠੀਕ ਨਹੀਂ ਹੈਗਾ ਇਹ ਨਹੀਂ ਆਪਾਂ ਕਰਨਾ ਅੱਛਾ ਮੈਂ ਹਾਲਾ ਮੈਂ ਤਿਆਰੀ ਕਰ ਰਿਹਾ ਦਿਨ ਰਾਤ ਮੈਨੂੰ ਚੰਗੀ ਤਰ੍ਹਾਂ ਪਤਾ ਆਡੀਅנס ਕੀ ਚਾਹੁੰਦੀ ਔਰ ਕੀ ਇਹ ਹੋ ਰਿਹਾ ਬਿਲਕੁਲ ਮੇਰੀ ਤਾਂ ਸਾਰਾ ਕੁਝ ਐਵੇਂ ਹੀ ਆ ਉਹਨਾਂ ਨੇ ਮੈਨੂੰ ਇੱਕ ਪਰਚੀ ਜੀ ਦਿੱਤੀ ਤੂੰ ਆਹ ਕਰਨਾ ਇਕੱਲਾ ਮੈਂ ਪਰਚਮਾ ਠੀਕ ਹੈ ਜੀ ਮੈਂ ਫੜੀ ਪਰਚੀ ਜੀ ਜਾਂਦਾ ਹੋਇਆ ਮੈਂ ਨਾਲ ਹੀ ਕਿ ਨਹੀਂ ਮਾਰ ਗਿਆ ਦੂਜੇ ਪਾਸੇ ਵੀ ਚੱਕ ਮੈਂ ਤਾਂ ਹੀ ਗਾਉਂ ਸਟੇਜ ਤੇ ਉਹੀ ਕਰਿਆ ਹਾਂ ਔਰ ਫਸਟ ਪੋਜੀਸ਼ਨ ਸੀ ਆਪਣੀ 골ਡ ਸੀ ਆਪਣਾ ਔਰ ਦੂਜੀ ਗੱਲ ਕੋਈ ਸੱਜਣ ਬੇਲੀ ਜਦੋਂ ਆਪਾਂ ਗੁਜ਼ਾਰਾ ਕਰਿਆ ਸੀਗਾ ਨਾ ਜਦੋਂ ਕੋਈ ਚੀਜ਼ ਆਉਂਦੀ ਹੁੰਦੀ ਆਪਣਾ ਸੱਜਣ ਬੇਲੀ ਮਿੱਤਰੋ ਹੁੰਦੇ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਜ਼ਰੂਰ ਦੱਸੋ ਕਮੀਆਂ ਦੱਸੋ ਪਰ ਕਮੀਆਂ ਦੱਸਣ ਦਾ ਇੱਕ ਸਮਾਂ ਹੁੰਦਾ ਜਾਂ ਕੋਈ ਚੀਜ਼ਾਂ ਕਰਨ ਦਾ ਅਸੀਂ ਤੁਹਾਡੇ ਕੋਲ ਜ਼ਰੂਰ ਆਵਾਂਗੇ ਦੱਸਾਂਗੇ ਲੇਕਿਨ ਜਦੋਂ ਇੱਕ ਖੁਸ਼ੀ ਦੀਆਂ ਕੋਈ ਚੀਜ਼ਾਂ ਹੁੰਦੀਆਂ ਨੇ ਉਹ ਦੋ ਸਿਰਫ ਉਹਨੂੰ ਮਾਨਣ ਦਾ ਮੌਕਾ ਹੁੰਦਾ ਨਾ ਕਿ ਕੋਈ ਚੀਜ਼ਾਂ ਹੋਰ ਕਰਨ ਦਾ ਜਦੋਂ ਬੰਦਾ ਇੰਨੀ ਸਟਰਗਲ ਕਰਕੇ ਚੀਜ਼ ਨੂੰ ਆ ਰਿਹਾ ਉਦੋਂ ਹੱਲਾਸ਼ੇਰੀ ਦੀ ਲੋੜ ਹੁੰਦੀ ਆ ਉਹ ਗਿਆਨ ਦੀ ਲੋੜ ਨਹੀਂ ਹੁੰਦੀ ਉਹਨੂੰ ਉਹ ਸਾਡਾ ਕੋਈ ਸੱਜਣ ਬੇਲੀ ਸੀਗਾ ਉਹ ਮਤਲਬ ਉਹਦਾ ਫੋਨ ਆਇਆ ਮੈਨੂੰ ਬੜਾ ਵੀ ਯਾਰ ਮੇਰੇ ਮਿੱਤਰ ਦਾ ਫੋਨ ਆਇਆ ਪਪਾ ਯਾਰਾ ਕੀ ਗਾਣਾ ਗਾਇਆ ਤੈਨ ਯਾਰ ਗੁਜ਼ਾਰੇ ਨੂੰ ਗੁਜ਼ਾਰੇ ਦੀ ਪਹਿਲੀ ਹਾਂ ਗੁਜ਼ਾਰੇ ਇਹ ਕੀ ਗਾਣਾ ਗਾਇਆ ਯਾਰ ਤਾਂ ਸੁਰ ਹੀ ਨਹੀਂ ਸੁਰ ਨਹੀਂ ਠੀਕ ਹੈਗਾ ਯਾਰ ਮੈਂ ਯਾਰ ਪਤਾ ਨਹੀਂ ਮਾ ਭਈ ਕਿਉਂ ਨਹੀਂ ਸੁਰ ਨਹੀਂ ਠੀਕ ਹੈਗਾ ਯਾਰ ਇਹ ਤਾਂ ਤੂੰ ਇਹ ਤਾਂ ਤੂੰ ਬਹੁਤ ਵੱਡੀ ਗਲਤੀ ਕਰ ਲਈ ਇਹ ਗਾਣਾ ਕਰਕੇ ਤਾਂ ਹੂੰ ਤੇ ਮੈਂ ਕਿਹਾ ਯਾਰ ਮੈਂ ਯਾਰ ਕਦੇ ਉਹ ਟਾਈਮ ਸੀਗਾ ਤੇਰੀ ਯਾਦ ਜਦੋਂ ਤੂੰ ਮੈਨੂੰ ਕਹਿੰਦਾ ਅਸੀਂ ਤਾਂ ਲੈਂਡਲਾਈਨ ਦੇ ਨੰਬਰ ਹੁੰਦੇ ਸੀਗੇ ਬਾਈ ਤੇਰੇ ਨਾਲ ਰਹਿਣ ਦਾ ਮੌਕਾ ਮਿਲ ਜੇ ਪਤਾ ਨਹੀਂ ਮੈਂ ਕਿੱਡਾ ਕਿ ਭਾਗਮਾਨ ਪਤਾ ਨਹੀਂ ਕੀ ਹੋਊਗਾ ਤੇਰੀ ਵਰਡਿੰਗ ਸੀ ਇਹ ਤੇ ਮੈਂ ਹੁਣ ਬਈ ਕਰਾਂ ਕੀ ਹੁਣ ਤੁਸੀਂ ਉਸਤਾਦ ਲੋਕ ਹੁਣ ਤੁਮ ਜਿਆਦਾ ਹੀ ਪਤਾਗਾ ਮੈਨੂੰ ਤਾਂ ਪਤਾ ਨਹੀਂ ਬਾਈ ਨੇ ਤੇ ਅਸੀਂ ਕਰਿਆ ਮਿਲ ਕੇ ਵੀ ਜੋ ਵੀ ਪਤਾ ਨਹੀਂ ਪਰ ਦੱਸਦਾ ਇਹ ਸਿਰਫ ਐਵੇਂ ਹੁੰਦਾ ਅਸੀਂ ਨਹੀਂ ਚੀਜ਼ਾਂ ਨੂੰ ਗਿਣਤੀ ਚ ਗਣਦੇ ਅੱਜ ਤਾਂ ਸਿਰਫ ਜਿਹੜਾ ਸਾਡੇ ਤੋਂ ਦੁੱਗਣੀ ਜਿਹਦੇ ਪੱਲੇ ਹੋਊਗੀ ਉਹਦੀ ਗੱਲ ਸੁਣੀ ਦੀ ਆ ਉਹਦੀ ਗੱਲਬਾਤ ਕਰੀ ਦੀ ਆ ਪਹਿਲੀ ਗੱਲ ਤਾਂ ਕਰੀ ਦੀ ਨਹੀਂ ਕਿਸੇ ਦੀ ਕੋਈ ਕੀ ਕਹਿੰਦਾ ਜੋ ਅੰਦਰੋਂ ਮਾਲਕ ਆਵਾਜ਼ ਦੇਊਗਾ ਉਹੀ ਹੋਗਾ ਜੋ ਸਾਡੇ ਲੋਕ ਕਹਿਣਗੇ ਉਹੀ ਹੋਗਾ ਜੋ ਪਿਆਰ ਕਰਨ ਵਾਲੇ ਕਹਿਣਗੇ ਉਹੀ ਹੋਗਾ ਇੱਥੇ ਕਿਸੇ ਦੀਆਂ ਪਿਆਰ ਦੀਆਂ ਸਪਰਸ਼ਾਂ ਨੇ ਦੂਜੇ ਦੀ ਕੋਈ ਧੱਕਾਸ਼ਾਹੀ ਨਹੀਂ ਚਲਦੀ ਹਾਂ ਬਿਲਕੁਲ ਹਾਂਜੀ ਜ਼ਿੰਦਗੀ ਨੂੰ ਹਮੇਸ਼ਾ ਇਦਾਂ ਹੀ ਲੈਣਾ ਚਾਹੀਦਾ ਹੈਗਾ ਕਈ ਵਾਰ ਆਪਾਂ ਕਹਿ ਸੋਚਦੇ ਹਾਂ ਇੱਕ ਮੈਂ ਕਿਸੇ ਸਿੰਗਰ ਦੀ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਤਾਂ ਉਹਨਾਂ ਨੇ ਵੀ ਬਹੁਤ ਵਧੀਆ ਕਹੀ ਸੀ ਕਿ ਗੱਲ ਕਿਸੇ ਨੇ ਪੁੱਛਿਆ ਕਿ ਤੁਸੀਂ ਇੰਨੇ ਵਿਊ ਆਉਂਦੇ ਨੇ ਤੁਸੀਂ ਕਮੈਂਟ ਪੜ੍ਹਦੇ ਹੋ ਥੱਲੇ ਕੀ ਲਿਖਣ ਨੂੰ ਹੁੰਦਾ ਉਹ ਕਹਿੰਦਾ ਮੈਂ ਕਮੈਂਟ ਪੜ੍ਹਦਾ ਹੀ ਨਹੀਂ ਮੈਂ ਵਿਊ ਦੇਖਦਾ ਕਿ ਆ ਮੇਰੇ ਇੰਨੇ ਲੋਕਾਂ ਨੇ ਦੇਖਿਆ ਕਿ ਕਮੈਂਟ ਪੜੂੰਗਾ ਮੈਂ ਖੁਦ ਡੀਮੋਟੀਵੇਟ ਹੋਊਂਗਾ ਥੱਲੇ ਖਬਰਾਂ ਕੀ ਕੀ ਲਿਖ ਦਿੰਦੇ ਨੇ ਲੋਕੀ ਆਪਣੇ ਆਪਣੇ ਚੀਜ਼ਾਂ ਮਾਰਦੇ ਨੇ ਉਹ ਜਿਵੇਂ ਅੱਜ ਕੱਲ ਗਾਣਾ ਚੱਲ ਰਿਹਾ ਕਿ ਉਹ ਫੇਸਬੁੱਕ ਉੱਤੇ ਦੱਸਦੇ ਨੇ ਕਿ ਹੁਣ ਤਾਂ ਸੋਸ਼ਲ ਮੀਡੀਆ ਦਾ ਬਾਣੇ ਵੀ ਇਹੀ ਗਿਆ ਕਿ ਫੇਸਬੁੱਕ ਉੱਤੇ ਦਿੰਦੇ ਨੇ ਕਿ ਇਹਨੂੰ ਕੀ ਖਿਤਾਬ ਦੇਣਾ ਹਨਾ ਸਰਟੀਫਿਕੇਟ ਬਣਦੇ ਨੇ ਪੂਰਾ ਸਰਟੀਫਿਕੇਟ ਮਿਲ ਜਾਂਦਾ ਕਿ ਜੀ ਹੈ ਇਹ ਤਾਂ ਇਹੋ ਜਿਹਾ ਹੈ ਹਨਾ ਗੁਜ਼ਾਰਾ ਦੀ ਤੁਸੀਂ ਗੱਲ ਕਰੇ ਸੀਗੇ ਸਾਡੇ ਸਰੋਤੇ ਦੇਖ ਰਹੇ ਹੋਣਗੇ ਕਿ ਗੁਜ਼ਾਰਾ ਇਹਨੀਆਂ ਚੰਦ ਲੈਣਾ ਤਾਂ ਸਾਡੇ ਸਰੋਤਿਆਂ ਵਾਸਤੇ ਜ਼ਰੂਰ ਗਾ ਦਿਓ ਜੀ ਜ਼ਰੂਰ ਭਾਈ ਅਸੀਂ ਜੀਂਦੇ ਆਸਰੇ ਤੇਰੇ ਆ ਨਾ ਤੇਰੇ ਬਿਨਾ ਗੁਜ਼ਾਰਾ ਏ ਛੱਡੀ ਨਾ ਛੱਡੀ ਨਾ ਸਜਣਾ ਸਾਨੂੰ ਤੇਰਾ ਸਾਰਾ ਏ ਬਾਜੀ ਜਦੋਂ ਜਦੋਂ ਤੁਸੀਂ ਗਾ ਰਹੇ ਸੀ ਨਾ ਮੈਂ ਦੇਖ ਰਹਾ ਹਾਂ ਕਿ ਕੈਮਰਾ ਜਿਹੜੇ ਦਰਸ਼ਕ ਦੇਖ ਰਹੇ ਹੋਣਗੇ ਉਹ ਵੀ ਨੋਟਿਸ ਕੀਤਾ ਹੋਊਗਾ ਕਿ ਭਾਜੀ ਜਦੋਂ ਗਾਉਂਦੇ ਨੇ ਪੂਰਾ ਰੂਹ ਤੋਂ ਗਾਉਂਦੇ ਨੇ ਅੱਖਾਂ ਬੰਦ ਕਰ ਲੈਂਦੇ ਨੇ ਆਲੇ-ਦਾਲੇ ਦਾ ਜਿਹੜਾ ਦ੍ਰਿਸ਼ਾ ਕੁਝ ਵੀ ਚੱਲ ਰਿਹਾ ਹੋਵੇ ਪਰ ਜਦੋਂ ਗਾਉਂਦੇ ਨੇ ਤਾਂ ਐਦਾਂ ਲੱਗਦਾ ਕਿ ਬਸ ਜੋ ਮੈਂ ਗਾ ਰਿਹਾ ਉਹਨੂੰ ਪੂਰਾ ਫੀਲ ਕਰ ਰਿਹਾ ਉਹ ਜਿਹੜਾ ਬੋਲ ਵੀ ਬੋਲ ਰਿਹਾ ਉਹ ਦ੍ਰਿਸ਼ ਵੀ ਉਹਨਾਂ ਦੇ ਅੱਖਾਂ ਦੇ ਸਾਹਮਣੇ ਚੱਲਦਾ ਏ ਬਹੁਤ ਵਧੀਆ ਗਾਉਂਦੇ ਹੋ ਭਾਜੀ ਇੱਕ ਗੱਲ ਹੈ ਕਿ ਮੈਂ ਸੁਣਿਆ ਸੀਗਾ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਕਿਤੇ ਨਾ ਕਿਤੇ ਪਹਿਲਾਂ ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਅਕਸਰ ਹੁਣ ਦਾ ਸਮਾਂ ਵੀ ਇਦਾਂ ਇੰਦਾ ਹੀ ਆ ਕਿ ਜਿਹੜਾ گاਉਂਦਾ ਹੈ ਉਹੀ ਮਾਡਲਿੰਗ ਕਰਦਾ ਹੈ ਤੁਸੀਂ ਵੀ ਕੋਸ਼ਿਸ਼ ਕੀਤੀ ਤਾਂ ਕਿਤੇ ਨਾ ਕਿਤੇ ਨਕਾਰਿਆ ਵੀ ਗਿਆ ਗੁਰਪ੍ਰੀਤ ਜੀ ਨੂੰ ਕਿ ਨਹੀਂ ਤੁਸੀਂ ਮਾਡਲਿੰਗ ਨਹੀਂ ਕਰ ਸਕਦੇ ਇਹ ਕਿੱਦਾਂ ਹੋਇਆ ਨਹੀਂ ਨਹੀਂ ਮੈਂ ਦੇਖੋ ਕੈਨ ਨੂੰ ਤਾਂ ਆਪਾਂ ਕੁਝ ਕਹੀ ਜਾਈਏ ਜਦੋਂ ਮੈਂ ਮਾਡਲ ਬਣਾਣ ਜਾਊਂਗਾ ਹੋ ਸਕਦਾ ਜਰੂਰ ਮੈਨੂੰ ਆਡੀਸ਼ਨ ਦੇਊਗਾ ਉਦੋਂ ਸ਼ਾਇਦ ਮੈਂ ਜੱਜਮੈਂਟ ਦਾ ਕਿਸੇ ਨੂੰ ਜਰੂਰ ਮੌਕਾ ਦੇਊਂਗਾ ਕਿ ਜੱਜਮੈਂਟ ਦਿਓ ਹੂੰ ਜਦੋਂ ਮੈਂ ਮੇਰੇ ਲਈ ਕੰਮ ਕਰ ਰਹੇ ਹਾਂ ਕੋਈ ਸਾਡਾ ਸਮਝ ਰਹੇ ਹੋ ਵੀ ਲੱਗਦਾ ਨਹੀਂ ਕਿ ਅਸੀਂ ਕਿਸੇ ਨੂੰ ਮੌਕਾ ਦਈਏ ਕਿ ਉਹ ਜਜਮੈਂਟ ਪਾਸ ਕਰੇ ਸੋ ਕੋਈ ਚੱਕਰ ਨਹੀਂਗਾ ਨਕਾਰਨ ਵਾਲੀ ਤਾਂ ਕੋਈ ਤੁਸੀਂ ਡਾਇਰੈਕਟਰ ਨੂੰ ਪੁੱਛੋ ਜਦੋਂ ਕੈਮਰੇ ਦੇ ਪਿੱਛੇ ਦੀ ਕੀ ਸਿਸਟਮ ਸਾਰਾ ਤੁਸੀਂ ਸਮਝਦੇ ਹੋ ਤੁਸੀਂ ਰੋਜ਼ ਇੱਕ ਚੀਜ਼ਾਂ ਤੁਹਾਡੀਆਂ ਕਰਦੇ ਹੋ ਇਹ ਚੱਲਦੀਆਂ ਰਹਿੰਦੀਆਂ ਨਾਲ ਨਾਲ ਇਹ ਤਾਂ ਤੁਸੀਂ ਸਹੀ ਕੋਈ ਉਹ ਦੇਖੋ ਜੇ ਸਾਰੇ ਐਡੇ ਗੁਣੀ ਗਿਆਨੀ ਹੋ ਜਾਣ ਐਨੇ ਭੁੱਖੇ ਦੇਖਣ ਵਾਲੇ ਹੋ ਜਾਣ ਕਿਨੇ ਕੀ ਬਣ ਨਾ ਤੇ ਫਿਰ ਸਾਨੂੰ ਛੱਡੇ ਕੌਣ ਐਨੇ ਕਾਨੂੰ ਧੱਕੇ ਖਾਂਦੇ ਜੇ ਕਿਸੇ ਨੂੰ ਪਤਾ ਹੋਵੇ ਕਿਨੇ ਕੀ ਬਣ ਜਾਣਾ ਫਿਰ ਤਾਂ ਲੋਕ ਉਹਦੀਆਂ ਲੱਤਾਂ ਨੂੰ ਨਾ ਫੜ ਕੇ ਬਹਿ ਜਾਣ ਇਹਨੇ ਕਰ ਹੀ ਦੇਣਾ ਉਹ ਜਿਹਨੇ ਕਰ ਦੇਣਾ ਉਹਨੇ ਕਰ ਹੀ ਦੇਣਾ ਉਹਨੂੰ ਕਿਸੇ ਦੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਉਹਨੇ ਕਿਸੇ ਤੋਂ ਪੁੱਛਣਾ ਨਹੀਂ ਉਹਨੇ ਕਰ ਹੀ ਦੇਣਾ ਹੁਣ ਤੁਸੀਂ ਅਬ ਗੱਲ ਕਰਦੇ ਸੀ ਬਾਈ ਦੀ ਹਰਦੀਪ ਖਰੇਵਾਲ ਦੀ ਤੇ ਇੰਟਰਵਿਊ ਦੀ ਮੈਂ ਤੈਨੂੰ ਕਹਿ ਰਿਹਾ ਮੈਨੂੰ ਮੈਨੂੰ ਦਿਲੋਂ ਹੀ ਮੈ ਜਕੀਨ ਕਰਿਓ ਮੈਂ ਤੁਹਾਨੂੰ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਬੰਦਾ ਗਰੋਅ ਕਰਦਾ ਅੱਗੇ ਜਾਂਦਾ ਤੁਸੀਂ ਬਾਈ ਦੀ ਗੱਲ ਕਰੀ ਉਹਨੇ ਮਿਹਨਤ ਕਰੀ ਚਾਹੀਦਾ ਕਰਕੇ ਤੁਸੀਂ ਗੱਲ ਕਰਦੇ ਸੀਦਾ ਉਹ ਸਕੂਨ ਮਿਲਦਾ ਜਿਹਨੇ ਖੁਦ ਮਿਹਨਤ ਕੀਤੀ ਹੁੰਦੀ ਕਿਤੇ ਨਾ ਕਿਤੇ ਤੁਹਾਡੇ ਅੰਦਰ ਦੀ ਜਿਹੜੀ ਉਹ ਚੀਜ਼ ਆ ਬਿਲਕੁਲ ਤੁਸੀਂ ਜਿਵੇਂ ਸਿੰਕ ਕਰਦੇ ਨਾ ਕੋਈ ਚੀਜ਼ ਤੁਸੀਂ ਜਮ੍ਹਾਂ ਅੰਦਰੋਂ ਉੱਥੇ ਸਿੰਕ ਕਰਦੇ ਹੋ ਕਿ ਨਹੀਂ ਠੀਕ ਆ ਉਸੇ ਲੈਣ ਚ ਆਪਾਂਗੇ ਠੀਕ ਆ ਬਹੁਤ ਚੰਗਾ ਹੋਇਆ ਬਹੁਤ ਚੰਗਾ ਆ ਇਹ ਨਹੀਂ ਪ੍ਰਵਾਹ ਕਰਨੇ ਕੋਈੜਾ ਨਕਾਰ ਦਾ ਇਨਕਾਰੂਗਾ ਦੱਸ ਤੁਹਾਨੂੰ ਕੀ ਨਾ ਹਨਾ ਕੋਈ ਚੱਕਰ ਨਹੀਂ ਐਂ ਤਾਂ ਕਹਿੰਦੇ ਹੁੰਦੇ ਕੋਈ ਚੱਕਰ ਮੈਂ ਮੈਂ ਜਦੋਂ ਇੰਟਰੋ ਦੇ ਵਿੱਚ ਗੱਲ ਕਰ ਰਿਹਾ ਸੀ ਆ ਕਹਿੰਦੇ ਤੁਹਾਡਾ ਗਾਣਾ ਚੱਲ ਰਿਹਾ ਜਿਹੜਾ ਗੁਜ਼ਾਰਾ ਗਾਣਾ ਆ ਦੇਖੋ ਕਿੰਨਾ ਇਹ ਜਿਹਨਾਂ ਸੁਪਰ ਹਿੱਟ ਗਾਣਾ ਆ ਆ ਭਾਜੀ ਇੰਨਾ ਸੁਪਰ ਹਿੱਟ ਗਾਣਾ ਸੀ ਕਹਿੰਦੇ ਭਾਜੀ ਕੋਲ ਖੜੇ ਨੇ ਤੁਹਾਨੂੰ ਹੀ ਕਹੀ ਜਾ ਰਹੇ ਨੇ ਉਹ ਯਾਰ ਇਹ ਬੰਦਾ ਤਾਂ ਫੋਟੋ ਵੀ ਨਹੀਂ ਪਾਉਂਦਾ ਇਹ ਤੁਹਾਡੇ ਕੋਲ ਹੈ ਨੰਬਰ ਤੁਸੀਂ ਇਹਨਾਂ ਨਾਲ ਸ਼ੂਟ ਕਰ ਰਹੇ ਹੋ ਜਾਂ ਤੁਸੀਂ ਇਹ ਗੱਲ ਸੱਚ ਆ ਇਹ ਹਾਂਜੀ 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 ਭਾਈ ਸੱਚ ਆ ਇਹ ਇੱਕ ਵਾਕਿਆ ਵਾਕਿਆ ਹੋਇਆ ਕਿੱਥੇ ਸੀਗਾ ਇਹ ਏ ਨਾ ਜੀ ਮਹਾਲੀ ਕਿਸੇ ਕਿਸੇ ਜਗ੍ਹਾ ਤੇ ਕੋਈ ਸਲੂਨ ਜਾਂ ਸੀਗਾ ਮੈਂ ਉੱਥੇ ਮਤਲਬ ਕਿਸੇ ਨਾ ਗਾਣੇ ਦਾ ਮੈਂ ਸ਼ੂਟ ਕਰਨਾ ਸੀ ਤੇ ਮੈਂ ਜਮ ਜਮ ਕਰਦਾ ਸੀ ਤੇ ਮੈਂ ਥੋੜੀ ਜਿਹਾ ਵੈਕਸ ਜੀ ਕਰਨੀ ਸੀਗੀ ਜਾਣਾ ਸੀਗਾ ਤੇ ਉਹ ਬਾਈ ਕਹਿੰਦਾ ਵੀ ਬਾਈ ਮਤਲਬ ਕੋਈ ਅਗਲਾ ਪੁੱਛਦਾ ਹੁੰਦਾ ਬਾਈ ਜੀ ਤੁਸੀਂ ਕੀ ਕਰਦੇ ਹੋ ਜਾਂ ਕਿੱਦਾਂ ਅਸੀਂ ਕਿਹਾ ਯਾਰ ਗਾਣੇ ਦਾ ਸ਼ੂਟ ਆ ਵੀ ਮੈਂ ਥੋੜਾ ਜਿਹਾ ਉਹਦੇ ਚ ਮੇਰਾ ਐਕਟ ਜਗਾ ਉਹਨੇ ਪੁੱਛਿਆ ਕਿਹਦਾ ਗਾਣਾਗਾ ਤੇ ਮੈਂ ਯਾਰ ਗੁਰਪ੍ਰੀਤ ਦਾ ਗੁਰਪ੍ਰੀਤ ਠਾਉ ਦਾ ਗਾਣਾ ਉਹ ਪਾ ਜੀ ਉਹਦਾ ਗਾਣਾਗਾ ਉਹਦੇ ਗਾਣੇ ਚੋਂ ਮਾਂ ਹਾਂ ਜਿਓ ਯਾਰ ਪਾਜੀ ਉਹ ਤਾਂ ਮਤਲਬ ਲੱਗਦਾ ਉਹਦੇ ਉਹਦੀ ਵਾਈਡਿੰਗ ਸੀ ਇਹ ਪੂਰੀ ਅੱਛਾ ਉਹਨੇ ਦੀ ਵਾਈਡਿੰਗ ਹਾਂਜੀ ਉਹਦੀ ਵਾਈਡਿੰਗ ਹੀ ਸੀ ਉਹਦੀ ਵਾਈਡਿੰਗ ਹੀ ਸੀ ਮੈਂ ਹੱਸ ਮੈਂ ਮੈਂ ਸੋਚ ਰ ਮੇਰੇ ਅੰਦਰ ਇੱਕ ਚੱਲ ਰੀ ਸੀ ਗੱਲ ਮੈਂ ਉਹਦੇ ਮੂੰਹ ਗਣੀ ਦੇਖ ਰਿਆ ਸੀ ਇਦਾਂ ਉਹ ਕਿਸੇ ਜਿਹੜਾ ਉਹ ਤੋਂ ਕੋਈ ਕੰਮ ਕਰਾਉਣਾ ਸੀ ਉਹਨੂੰ ਕਰਿਆ ਪਾਜੀ ਆ ਉਹ ਕਹਿੰਦਾ ਹਾਂ ਤਾਂ ਮੈਂ ਵੀ ਸੁਣਾ ਉਹ ਜਿਹੜਾ ਕੋਈ ਕੰਮ ਕਰਾ ਰਿਆ ਸੀ ਉਹਦੇ ਤੋਂ ਉਹਨੂੰ ਕਹਿੰਦੇ ਪਾਜੀ ਯਾਰ ਇਹ ਬੰਦਾ ਇਹ ਜਾ ਯਾਰ ਇਹ ਤਾਂ ਫੋਟੋ ਵੀ ਨਹੀਂ ਪਾਉਂਦਾ ਇਹ ਤਾਂ ਕਹਿੰਦਾ ਮੈਂ ਤਾਂ ਮੈਂ ਨਹੀਂ ਆਉਣਾ ਲੋਕਾਂ ਸਾਹਮਣੇ ਇਦਾਂ ਮੈਂ ਤਾਂ ਜਾਣਾ ਹੀ ਨਹੀਂ ਮਤਲਬ ਇਦਾਂ ਇ ਤੇ ਇਹ ਆਮ ਹੋਇਆ ਕੋਈ ਗੱਲ ਨਹੀਂ ਹੁਣ ਦੇਖੋ ਆਪਾਂ ਮਿਹਨਤ ਸਾਰਿਆਂ ਨੇ ਬਰਾਬਰ ਕੀਤੀ ਹੁੰਦੀ ਆ ਇੱਕ ਗਾਣੇ ਦੇ ਪਿੱਛੇ ਬਹੁਤ ਵੱਡੀ ਟੀਮ ਹੁੰਦੀ ਆ ਜਿਹੜੇ ਕੈਮਰੇ ਤੇ ਆਉਂਦੇ ਨੇ ਕੈਮਰੇ ਤੇ ਮੋਰੇ ਤਾਂ ਚਲੋ 3-4 ਆਰਟਿਸਟ ਦਿਖਦੇ ਨੇ ਪਰ ਪਿੱਛੇ ਜਿਨ੍ਹਾਂ ਨੇ ਕੰਮ ਕੀਤਾ ਹੁੰਦਾ ਉਹਨਾਂ ਦੀ ਜਿਹੜੀ ਮਿਹਨਤ ਆ ਉਹ ਵੀ ਬਰਾਬਰ ਹੀ ਹੁੰਦੀ ਆ ਕਿੱਦਾਂ ਦਾ ਲੱਗਿਆ ਜਦੋਂ ਕੁਝ ਤਾਂ ਲੱਗਦਾ ਹੀ ਹੋਗਾ ਅੰਦਰੋਂ ਦੁੱਖ ਵੀ ਲੱਗਦਾ ਹੋਊ ਕਿਤੇ ਨਾ ਕਿਤੇ ਕਿ ਯਾਰ ਦੇਖ ਗਾਣਾ ਤਾਂ ਮੇਰਾ ਆ ਆਵਾਜ਼ ਵੀ ਮੇਰੀ ਆ ਨਾਮ ਵੀ ਮੇਰਾ ਲਿਖਿਆ ਹੋਇਆ ਪਰ ਪਛਾਣਦੇ ਨਹੀਂ ਮੈਨੂੰ ਦੁੱਖ ਤਾਂ ਬਹੁਤ ਲੱਗਦਾ ਉਹ ਨਹੀਂ ਕੋਈ ਚੱਕਰ ਨਹੀਂ ਸਮੇਂ ਦੇ ਨਾਲ ਸਾਰੇ ਜ਼ਖਮ ਭਰ ਜਾਂਦੇ ਨੇ ਸਮੇਂ ਦੇ ਨਾਲ ਸਮੇਂ ਦੀਆਂ ਗੱਲਾਂ ਨੇ ਜਿਵੇਂ ਜਿਵੇਂ ਅਸੀਂ ਗਰੋ ਕਰਦੇ ਹਾਂ ਜਿਵੇਂ ਜਿਵੇਂ ਸਾਨੂੰ ਸਮਝ ਆਉਂਦੀ ਹੈ ਜਿਹੜਾ ਅਸੀਂ ਕਦੇ ਸੋਚਦੇ ਹਾਂ ਕਦੇ ਸਾਨੂੰ ਲੱਗਦਾਗਾ ਕੋਈ ਚੀਜ਼ਾਂ ਹੁੰਦੀਆਂ ਨੇ ਫਿਰ ਮਾਲਕ ਸਾਨੂੰ ਰੱਬ ਸਹਾਰਾ ਦਿੰਦਾ ਸਾਨੂੰ ਸਾਨੂੰ ਸਮਝਣ ਦਾ ਮੌਕਾ ਮਿਲਦਾ ਔਰ ਅਸੀਂ ਸਮਝਦੇ ਹਾਂ ਚੀਜ਼ ਨੂੰ ਕਿ ਨਹੀਂ ਮਕਾਮ ਬਾਕੀ ਬਹੁਤ ਖੁਸ਼ਹਾਲ ਤੇ ਪੂਣੀ ਵੀ ਨਹੀਂ ਕੀਤੀ ਆਪਾਂ ਨੇ ਕੋਈ ਗੱਲ ਨਹੀਂ ਇਹ ਤਾਂ ਮੈਂ ਇਕੱਲੇ ਗੁਜ਼ਾਰੇ ਕਰਕੇ ਨਹੀਂ ਆ। ਛੱਠੇ ਤੋਂ ਗੁਜ਼ਾਰਾ ਸੀਗਾ ਗੁਜ਼ਾਰੇ ਤੋਂ ਛੱਠਾ ਨਹੀਂ ਆ ਹੋਰ ਬਹੁਤ ਕੁਝ ਆਊਗਾ ਰੱਬ ਦੀ ਕਿਰਪਾ ਹੈ ਰੱਬ ਕਰਕੇ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤੇ ਰੱਬ ਕਿਹੜਾ ਸਾਨੂੰ ਛੱਡ ਕੇ ਕਿਤੇ ਲੰਘ ਗਿਆ। ਉਦੋਂ ਬਾਅਦ ਕਜਲਾ ਵੀ ਕਰਿਆ ਹੋਰ ਬਹੁਤ ਕੁਝ ਕਰ ਰਹੇ ਹਾਂ ਬਹੁਤ ਹੋਊਗਾ ਚੰਗਾ ਹੀ ਚੰਗਾ ਹੋਊਗਾ। ਤੇ ਉਹ ਇੱਕ ਸਮਾਂ ਹੁੰਦਾਗਾ ਉਹ ਦੌਰ ਆਉਂਦਾ ਹੁੰਦਾ। ਉਹ ਹਰੇਕ ਦੀ ਲਾਈਫ 'ਚ ਆਉਂਦਾ ਮੈਂ ਕਿਹੜਾ ਇਕੱਲਾਗਾ ਲੱਖਾਂ ਹੋਣਗੇ। ਹੂੰ ਕੋਈ ਗੱਲ ਨਹੀਂ। ਬਾਟ। ਆਟਾ। ਜ਼ਿੰਦਗੀ ਦਾ ਹਿੱਸਾ ਆ। ਹੁਣ ਤੁਸੀਂ ਆ ਆਪਾਂ ਜਾਂਦੇ ਜਾਂਦੇ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਨੇ ਉਹਨਾਂ ਬਾਰੇ ਵੀ ਜਾਣਗੇ ਕਿਉਂ ਜ਼ਰੂਰ ਇੰਤਜ਼ਾਰ ਕਰਦੇ ਹੋਣਗੇ ਕਿ ਗੁਰਪ੍ਰੀਤ ਛੱਠਾ ਸਾਹਿਬ ਕੁਝ ਤਾਂ ਸਾਡੇ ਲਈ ਲੈ ਕੇ ਆਉਣਗੇ ਵਧੀਆ ਆ ਵਧੀਆ ਹੀ ਲੈ ਕੇ ਆਉਣੇ ਆ ਆਪਦੇ ਵੱਲੋਂ ਤਾਂ ਕੋਸ਼ਿਸ਼ ਕਰਦੇ ਆ ਹਾਂ ਹੁਣ ਆਪਦੇ ਹਾਂਜੀ ਵਧੀਆ ਹੀ ਵਧੀਆ ਹੀ ਕਰਨੇ ਮਤਲਬ ਆਪਣੇ ਵੱਲੋਂ ਸਾਰੀ ਵਧੀਆ ਕਰਨ ਦੀ ਕੋਸ਼ਿਸ਼ ਹੁੰਦੀ ਆ ਤਾਈਂ ਤਾਂ ਦੋ ਦੋ ਸਾਲਾਂ ਦਾ ਇੱਕ ਵੀ ਕਈ ਚੀਜ਼ਾਂ ਥੋੜਾ ਜਿਹਾ ਟਾਈਮ ਲੱਗਦਾ ਸਮਾਂ ਲੱਗਦਾ ਬਣਾਉਣ ਨੂੰ ਹੁਣ ਪਹਿਲਾਂ ਸਭ ਤੋਂ ਪਹਿਲਾਂ ਮੇਰਾ ਆਪਣਾ ਹੀ ਲਿਖਿਆ ਗਾਣਾ ਔਰ ਮਿਊਜ਼ਿਕ ਸਾਰਾ ਜੋ ਵੀ ਜਿੰਨਾ ਕੰਮ ਮੇਰਾ ਕੀਤਾ ਹੋਇਆ ਤੇ ਜੂਨ ਫੱਕਰਾ ਦੀ ਗਾਣਾ ਕਰ ਰਹੇ ਆਪਾਂ ਜੂਨ ਫੱਕਰਾ ਉਹ ਜਦੋਂ ਮੈਂ ਦੱਸਣਾ ਭੁੱਲ ਗਿਆ ਦਰਸ਼ਕਾਂ ਨੂੰ ਕਿ ਜਦੋਂ ਅਸੀਂ ਆਏ ਨਾ ਤਾਂ ਭਾਜੀ ਨੇ ਉਹਨਾਂ ਦਾ ਪੋਸਟਰ ਵੀ ਦਿਖਾਇਆ ਸੀਗਾ ਭਾਜੀ ਪੋਸਟਰ ਜ਼ਰੂਰ ਦਿਖਾ ਦਿਓ ਜਿਹੜਾ ਆਉਣ ਵਾਲਾ ਗਾਣਾ ਹੈ ਦਰਸ਼ਕੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਪੋਸਟਰ ਜ਼ਰੂਰ ਦਿਖਾਣਾ ਜੂਨ ਫੱਕਰਾ ਜੀ ਗੁਰਪ੍ਰੀਤ ਚੱਠਾ ਇਹ ਭਾਜੀ ਨੀਚੇ ਰਾਈਟਰ ਕੰਪੋਜ਼ਰ ਸਿੰਗਰ 뮤직 ਪ੍ਰੋਡਿਊਸਰ ਰਿਕਾਰਡ ਲੇਬਲ ਗੁਰਪ੍ਰੀਤ ਚੱਠਾ ਇਹ ਸਾਰਾ ਭਾਜੀ ਆਪਣਾ ਹੀ ਆ ਸਾਰਾ ਹੁਣ ਹੁਣ ਵੀ ਵੰਡਦੇ ਫਿਰਾਂਗੇ ਅੱਛਾ ਹਲੇ ਕਮੀ ਹੈ ਕੋਈ ਹਾਂ ਇਹ ਵੀ ਗੱਲ ਸਹੀ ਹੈ ਕਿ ਹੁਣ ਵੀ ਦੱਸ ਕਿ ਹੁਣ ਵੀ ਥੋੜੀ ਨਾ ਲੋਕਾਂ ਨੂੰ ਮੰਨਣਾ ਹੁਣ ਥੋੜਾ ਜਿਹਾ ਆਪਣੇ ਵਾਸਤੇ ਵੀ ਕਰ ਲਈ ਨਹੀਂ ਥੋੜਾ ਸੋਚ ਲੈਣਾ ਚਾਹੀਦਾ ਆਪਣੇ ਬਾਰੇ ਵੀ ਸੋਚਣਾ ਚਾਹੀਦਾ ਦੇਸ਼ ਸੇਵਾ ਠੀਕ ਗੱਲ ਹੁੰਦੀ ਹੈ ਜਦੋਂ ਤੁਹਾਡੇ ਪੈਰਾਂ ਤੇ ਖੜੇ ਹੋ ਜਾਓ ਜ਼ਰੂਰ ਲੋਕ ਸੇਵਾ ਵਾਸਤੇ ਸੋਚਣਾ ਚਾਹੀਦਾ ਹਲੇ ਥੋੜਾ ਜਿਹਾ ਆਪਦੇ ਬਾਰੇ ਸੋਚ ਲਈ ਆਪਦੇ ਪਰਿਵਾਰ ਬਾਰੇ ਸੋਚ ਲਈ ਆਪਦੇ ਕੋਈ ਮਿੱਤਰ ਯਾਰ ਹੁੰਦੇ ਉਹਨਾਂ ਬਾਰੇ ਸੋਚ ਲਈ ਯਾਨੀ ਮੈਂ ਦਰਸ਼ਕਾਂ ਨੂੰ ਜ਼ਰੂਰ ਕਹਾਂਗਾ ਕਿ ਸਟੇ ਟਿਊਨ ਰਹੋ ਗੁਰਪ੍ਰੀਤ ਸਿੰਘ ਜਿਹੜੇ ਗੁਰਪ੍ਰੀਤ ਚੱਠਾ ਜੀ ਨੇ ਇਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਨੇ ਉਹਨਾਂ ਨਾਲ ਤੇ ਜ਼ਰੂਰ ਨਾਲ ਜੁੜੇ ਰਹਿਣਾ ਕਿਉਂਕਿ ਇਹ ਗਾਣਾ ਬਹੁਤ ਜਲਦ ਆਣ ਵਾਲਾ ਹੈ। ਭਾਜੀ ਬਿਲਕੁਲ ਸਹੀ ਕਹਿਣਾ ਬਹੁਤ ਜਲਦ ਆਣ ਵਾਲਾ। ਹਾਂ। ਡੇਟ ਤਾਂ ਨਹੀਂ ਅਸੀਂ ਰਿਲੀਵ ਕਰਾਂਗੇ। ਡੇਟ ਨਹੀਂ ਰਿਲੀਵ ਕਰਨੀ। ਨਹੀਂ ਯਾਰ ਤੁਸੀਂ ਬੋਲਦੇ ਬਹੁਤ ਸੋਹਣਾ ਤੇ ਤੁਸੀਂ ਵਾਅਦਾ ਜੇ ਤੁਹਾਡੇ ਜੀ ਰੱਬ ਦੀ ਕਿਰਪਾ ਹੈ। ਮਤਲਬ ਜੇ ਤੁਸੀਂ ਕਹਾਉਣਾ ਚਾਹੋ ਤਾਂ ਤੁਸੀਂ ਕਹਾ ਸਕਦੇ ਜਿਹੜਾ ਨਾ ਹਾਂ ਉਹ ਤਾਂ ਦੇਖੋ ਉਹ ਤਾਂ ਉਹ ਤਾਂ ਸਾਡਾ ਗੋਣਾ ਹੋ ਸੀ ਕਹਾ ਆ ਵੀ ਲੈਣਾ ਏ ਮੈਂ ਮੈਂ ਖੁਦ ਨਹੀਂ ਰੋ ਮੈਂ ਖੁਦੇ ਰੋ ਗਿਆ ਨਹੀਂ ਤਾਂ ਮੈਂ ਤਾਂ ਕਹਾ ਲੜਾ ਸੀ ਹਾਂ ਜਿਹੜੇ ਹਿਸਾਬ ਨਾਲ ਤੁਸੀਂ ਮੈਂ ਦੇਖ ਰਿਆ ਰੋਜ਼ ਲੋਕਾਂ ਚ ਫੇਚਰਦੇ ਆ ਸੱਚੇ ਪਾਤਸ਼ਾਹ ਨੇ ਤੁਹਾਨੂੰ ਥੋੜੀ ਜੀ ਉਹ ਐਦਾਂ ਦਾ ਪਤਾ ਨਹੀਂ ਮਾਲਕ ਨੇ ਕੋਈ ਐਦਾਂ ਦੀ ਚੀਜ਼ ਦਿੱਤੀ ਹੈ ਕਿ ਯਾਰ ਤੁਸੀਂ ਕਿ ਬਾਈ ਦੱਸਿਓ ਯਾਰ ਕਦੋਂ ਆਉਗਾ ਮੈਂ ਤੁਹਾਨੂੰ ਦੱਸ ਵੀ ਦੇਵਾਂ ਮੰਨ ਲਓ ਹਣਾ ਤਕੂਚੇ ਕਰ ਰਹੀਆਂ ਨਹੀਂ ਆਇਆ ਨਹੀਂ ਕੋਈ ਕਹਾ ਸਕਦਾ ਕਿ ਕਦੋਂ ਨਹੀਂ ਆਊਗਾ ਦੇਖ ਲਓ ਆਊਗਾ ਨਹੀਂ ਪਰ ਸਾਡੇ 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 ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਪਰ ਐਵੇਂ ਆ ਵੀ ਮੈਂ ਪਹਿਲਾਂ ਆਪਾਂ ਕਹਿ ਦਈਏ ਤੇ ਥੋੜਾ ਜਿਹਾ ਜਦੋਂ ਚੀਜ਼ਾਂ ਮੌਸਮ ਕਹੇ ਜਾਂ ਚੱਲਦਾ ਕਰੋਨਾ ਦਾ ਟਾਈਮ ਚੱਲਦਾ ਸ਼ੂਟ ਹੋਣਾ ਉਹ ਚੀਜ਼ਾਂ ਹੋਣੀਆਂ ਥੋੜਾ ਮੋਟਾ ਇੱਧਰ ਉੱਧਰ ਕੋਈ ਚੀਜ਼ ਹੁੰਦੀ ਹੈ ਤਾਂ ਕਰਕੇ ਥੋੜਾ ਜਿਹਾ ਪਹਿਲਾਂ ਹਾਂ ਜੀ ਕਈ ਵਾਰੀ ਵਿੱਚ ਕੋਈ ਚੀਜ਼ ਹੋ ਜੇ ਫਿਰ ਉਹ ਥੋੜਾ ਜਿਹਾ ਕੋਈ ਵੇਟ ਕਰਦਾ ਤਾਂ ਚੰਗਾ ਨਹੀਂ ਲੱਗਦਾ ਜੇ ਤੁਹਾਨੂੰ ਵੇਟ ਉਹਨਾਂ ਨੂੰ ਹੋਰ ਵੇਟ ਕਰਨਾ ਪਵੇ ਹੂੰ ਇਹ ਗਾਣਾ ਵੀਡੀਓ ਹੋ ਚੁੱਕੀ ਹੈ ਵੀਡੀਓ ਬਣ ਚੁੱਕੀ ਹੈ ਦੀ ਸਵੇਰੇ ਤੜਕੀ ਨਿਕਲ ਜਾਣਾ ਅੱਛਾ ਕੱਲ ਨੂੰ ਸਵੇਰੇ ਲੋਕ ਭਾਜੀ ਇਹ ਵੀ ਪਤਾ ਲੱਗ ਗਿਆ ਕਿ ਵੀਡੀਓ ਹੈ ਜਿਹੜੀ ਉਹ ਵੀ ਕੱਲ ਨੂੰ ਬਣ ਜਾਣੀ ਆ ਆਪਾਂ ਲੋਕੇਸ਼ਨ ਦੱਸ ਸਕਦੇ ਜੇ ਕਿ ਤੁਹਾਡਾ ਫੈਨ ਹੋਵੇ ਉਹ ਪਹੁੰਚਣਾ ਚਾਹਦਾ ਹੋਵੇ ਉਹ ਸ਼ੂਟ ਦੇ ਉੱਤੇ ਦੇਖਣਾ ਚਾਹਦਾ ਹੋਵੇ ਤੁਹਾਨੂੰ ਮਿਲਣਾ ਚਾਹਦਾ ਹੋਵੇ ਲੋਕੇਸ਼ਨ ਦੱਸ ਸਕਦੇ ਕਿ ਨਹੀਂ ਦੱਸ ਸਕਦੇ ਦੱਸ ਸਕਦੇ ਕੋਈ ਗੱਲ ਅਸੀਂ ਉਧਰ ਹਿਮਾਚਲ 'ਚ ਕਿਸੇ ਪਾਸੇ ਮੈਨੂੰ ਪਤਾ ਨਹੀਂ ਡਾਇਰੈਕਟਰ ਨੇ ਕੀ ਕੀਤਾਗਾ ਹਿਮਾਚਲ 'ਚ ਕਿਸੇ ਪਾਸੇ ਆ ਮੈਨੂੰ ਨਹੀਂ ਕਿਉਂਕਿ ਮੇਰਾ ਕੰਮ ਨਹੀਂ ਮੈਨੂੰ ਪਤਾ ਨਹੀਂ ਕਿੱਥੇ ਜਾਣਾ ਪਰ ਇੰਨਾ ਪਤਾ ਵੀ ਹਿਮਾਚ ਅੱਛਾ ਹਿਮਾਚਲ ਹਿਮਾਚਲ ਹਾ ਹਿਮਾਚਲੋਂ ਬਹੁਤ ਵੱਡਾ ਆਉ ਤਾਂ ਹੈ ਫੇਰ ਉਹੀ ਗੱਲ ਕਿ ਦੱਸਤਾ ਪਰ ਦੱਸਿਆ ਨਹੀਂ ਹੈਗਾ ਭਾਜੀ ਉਮੀਦ ਕਰਦਾ ਕਿ ਇਹ ਗਾਣਾ ਵੀ ਪਹਿਲਾ ਵਾਲੇ ਗਾਣਿਆਂ ਵਾਂਗ ਸੁਪਰ ਹਿੱਟ ਡੁਪਰ ਹਿੱਟ ਜਾਵੇ ਆਖਰੀ ਸਵਾਲ ਰਹੂਗਾ ਕਿ ਆਫ ਜ਼ਰਾ ਕਰ ਗੱਲ ਕਰੇ ਸੀਗੇ ਤੁਸੀਂ ਸਕਸੈਸ ਦਾ ਰੇੜਾ ਗੁਰਪ੍ਰੀਤ ਛੱਠਾ ਸਕਸੈਸ ਨੂੰ ਕਿਸ ਤਰੀਕੇ ਨਾਲ ਦੇਖਦਾ ਦੇਖੋ ਜੀ ਇਹ ਤਾਂ ਲੋਕਾਂ ਦੇ ਹਿਸਾਬ ਨਾਲ ਦੇਖੋਗੇ ਲੋਕਾਂ ਦੇ ਹਿਸਾਬ ਨਾਲ ਤਾਂ ਸਕਸੈਸ ਐ ਹੁੰਦੀ ਹੈ ਜਿਹੜਾ ਬਾਹਲੇ ਪ੍ਰੋਗਰਾਮਾਂ ਦੇ ਠੀਕ ਆ ਉਹ ਕੋਈ ਗਲਤ ਵੀ ਨਹੀਂ ਉਸ ਤਰੀਕੇ ਨਾਲ ਵੀ ਸਕਸੈਸ ਹੋਣੀ ਚਾਹੀਦੀ ਹੈ ਜਦੋਂ ਸਾਡਾ ਨਾਮ ਆਵੇ ਸਾਡੇ ਕੋਲੇ ਸਾਡੀ ਜ਼ਿੰਦਗੀ ਇੱਕ ਸਹੀ ਉਤੇ ਖੜੀ ਹੋਵੇ ਅਸੀਂ ਬਹੁਤ ਚੰਗੇ ਤਰੀਕੇ ਨਾਲ ਸੋਚ ਵਿਚਾਰ ਕਰ ਸਕੀਏ ਇਹ ਨਾ ਵੀ ਲਾਈਫ ਜਿਵੇਂ ਭਜਾਈ ਜਾਂਦੀ ਹੈ ਭੱਜੇ ਜਾਂਦੇ ਐਵੇਂ ਅੰਨੇਵਾ ਮੂੰਹ ਚੱਕ ਕੇ ਸਾਡੇ ਕੋਲੇ ਥੋੜਾ ਜਿਹਾ ਮੌਕਾ ਜ਼ਿੰਦਗੀ ਉਦੋਂ ਹੀ ਸਾਡੇ ਕੋਲੇ ਹੁੰਦਾ ਜਦੋਂ ਅਸੀਂ ਸਟੇਬਲ ਹੁੰਨੇ ਆ ਸਾਡੇ ਕੋਲੇ ਸਾਡੀ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਉਦੋਂ ਹੀ ਕੋਈ ਵੀ ਦੁਨੀਆ 'ਚ ਤਾਂ ਸਕਸੈਸ ਨੂੰ ਮੈਂ ਵੀ ਥੋੜਾ ਜਿਹਾ ਲੋਕਾਂ ਦੇ ਹਿਸਾਬ ਨਾਲ ਜਾਮਾ ਤਾਂ ਐਵੇਂ ਹੀ ਆ ਸਭ ਤੋਂ ਪਹਿਲਾਂ ਤਾਂ ਹੈਗਾ ਕਿ ਸਾਡਾ ਸਟਰਗਲ ਸਾਡਾ ਕੰਮ ਸਾਡੀ ਮਿਹਨਤ ਜਿਵੇਂ ਜਿਵੇਂ ਉਹਦੇ 'ਚ ਅਸੀਂ ਥੋੜੇ ਜਿਹੇ ਉਹਦੇ ਕਾਬਿਲ ਬਣਾਂਗੇ ਸਾਨੂੰ ਜ਼ਰੂਰ ਸਾਨੂੰ ਰੱਬ ਦੇ ਦੂਗਾ ਉਸ ਤਰੀਕੇ ਦੇ ਸਾਨੂੰ ਉੱਥੇ ਪਹੁੰਚਾ ਦੂਗਾ ਜਿੱਥੇ ਸਾਨੂੰ ਨੇ ਪਹੁੰਚਾਉਣਾ ਹੈ ਸਕਸੈਸ ਮੇਰਾ ਤਾਂ ਇਹੀ ਹੈ ਕਿ ਮਾਲਕ ਨੇ ਦੱਸਣਾਗਾ ਸਾਨੂੰ ਨਹੀਂ ਪਤਾ ਮਾਲਕ ਨੇ ਜਿੱਥੇ ਸਾਨੂੰ ਰੱਖਣਾ ਹੁਣ ਦੀ ਸਾਡੀ ਇਹੀ ਸਕਸੈਸ ਆ ਕਿ ਉਹਨੇ ਸਾਨੂੰ ਝੱਲਣ ਦਾ ਚੀਜ਼ਾਂ ਨੂੰ ਸਹਿਣ ਦਾ ਤਾਕਤ ਦਿੱਤੀ ਆ ਬਲ ਦਿੱਤਾ ਇਹ ਉਹਦਾ ਹੀ ਆ ਸਾਡਾ ਨਹੀਂਗਾ ਸਹਿਣ ਕਰਨ ਦਾ ਇਹ ਕੋਈ ਛੋਟੀ ਚੀਜ਼ ਨਹੀਂ ਆ ਬਰਦਾਸ਼ਤ ਕਰਨ ਦਾ ਮੇਰੀ ਸਕਸੈਸ ਹਾਲੇ ਤੱਕ ਮੇਰੇ ਕੋਲ ਇਹ ਆ ਮਾਲਕ ਨੇ ਦਿੱਤੀ ਆ ਇਹ ਚੀਜ਼ਾਂ ਨੂੰ ਕੋਈ ਗੱਲ ਨਹੀਂ ਦੱਬ ਲਾ ਠੀਕ ਆ ਕੋਈ ਗੱਲ ਨਹੀਂ ਇਸ ਅਕਸਾ ਇਸਾ ਜਿਵੇਂ ਜਿਵੇਂ ਹੁਣ ਆਪਾਂ ਚੀਜ਼ ਦੇ ਕਾਬਿਲ ਹੁੰਦੇ ਜਾਂਦੇ ਜਿਵੇਂ ਜਿਵੇਂ ਆਪਾਂ ਥੋੜੀ ਜਿਹੀ ਮਾਲਕ ਜਿਵੇਂ ਜਿਵੇਂ ਆਪਾਂ ਨੂੰ ਅੱਗੇ ਸਮਝਦੇ ਰਹਿਗਾ ਜਿਵੇਂ ਜਿਵੇਂ ਗਰੋ ਕਰ ਰਹੇ ਆ ਇੱਕ ਦਿਨ ਫਿਰ ਜਿਵੇਂ ਤੁਸੀਂ ਰੌਕਸਟਾਰ ਵਾਲਾ ਵੀ ਹੋਊਗਾ ਕੰਮ ਜ਼ਰੂਰ ਕਰੂਗਾ ਹਾਂ ਮਾਲਕ ਅੱਗੇ ਇਹ ਹੀ ਦੁਆਰ ਖੁੱਗੇ ਬਹੁਤ ਜਲਦੀ ਅਸੀਂ ਤੁਹਾਨੂੰ ਇੱਕ ਰੌਕਸਟਾਰ ਦੇ ਮੈਚ ਦੇ ਉੱਤੇ ਦੇਖੀਏ ਆਪਦਾ ਜੀ ਆ ਆਪਦਾ ਦਿਲ ਆ ਤੇ ਗੁਨਾਹ ਥੋੜੀ ਜਿਹੀ ਕੋਈ ਸੁਪਨਾ ਦੇਖਣਾ ਦੇਖਿਆ ਮਿਹਨਤ ਤਾਂ ਬਾਕੀ ਰੱਬ ਦੀ ਮੌਜ ਆ ਉਹਦੇ ਅਸੀਂ ਕੋਈ ਕੁਝ ਨਹੀਂ ਕਰ ਸਕਦੇ ਜੋ ਉਹਦੀ ਮੌਜਾ ਕਰਨਾ ਉਹਨੇ ਉਹ ਆ ਸਾਡੇ ਵੱਲੋਂ ਅਸੀਂ ਮਿਹਨਤ ਕਰਨੀ ਸਾਡੇ ਵੱਲੋਂ ਮਿਹਨਤ ਕਰ ਰਹੇ ਆ ਉਹ ਕਰਵਾ ਰਿਆ ਅਸੀਂ ਕਰ ਰਹੇ ਆ ਜਿੱਦੇ ਸਾਨੂੰ ਹਟਾ ਦੂਗਾ ਹਟ ਜਾਗੇ ਜਿੱਦਾਂ ਜੋ ਕਰ ਲੂਗਾ ਉਹਨੇ ਕਰਨਾ ਸਾਡੇ ਹੱਥ 'ਚ ਮੈਂ ਐਵੇਂ ਫੜਾ ਮਾਰੀ ਜਾਵਾਂ ਕਹਿੰਨ ਨੂੰ ਜੋ ਮਰਜ਼ੀ ਦਾਵੇ ਕਰ ਲੋ ਸਾਡੇ ਹੱਥ 'ਚ ਕੁਛ ਵੀ ਨਹੀਂ ਆ ਇੱਕ ਕਲੀਅਰ ਆ ਪੱਥਰ ਤੇ ਲਕੀਰ ਆ ਸਾਡੇ ਹੱਥ 'ਚ ਕੱਖ ਨਹੀਂ ਆ ਕੁਛ ਨਹੀਂ ਕੁਛ ਵੀ ਨਹੀਂ ਆ ਕੁਛ ਵੀ ਨਹੀਂ ਆ ਸਿਰਫ ਇਹ ਬੰਦਾ ਇੱਕ ਉਹ ਦਾਵਾ ਕਰਦਾ ਹੁੰਦਾ ਜਦੋਂ ਤੁਹਾਡੇ ਅਕਾਊਂਟ 'ਚ ਤੁਹਾਨੂੰ ਪਤਾ ਵੀ ਆ ਪੈਸੇ ਪਏ ਆ ਔਰ ਆ ਪਿਆ ਥੋੜਾ ਜਿਹਾ ਇੱਕ ਸਾਡੀ ਤਸੱਲੀ ਆ ਸਾਡੀ ਤਸੱਲੀ ਆ ਕਿ ਅਸੀਂ ਉਹ ਚੀਜ਼ ਦਾ ਇੱਕ ਸਾਰਾ ਲੈ ਕੇ ਇੱਕ ਦਾਵਾ ਕਰਦਨੇ ਆ ਪਰ ਯਕੀਨ ਕਰੋ ਵਿਚੀ ਰਹਿ ਜਾਂਦੇ ਨੇ ਅਕਾਊਂਟ ਦੇ ਪੈਸੇ ਤਾਂ ਕੋਈ ਦਾਵਾ ਹੀ ਨਹੀਂ ਕਰਾਂ ਹੁੰਦੇ ਸਿਰਫ ਜਦੋਂ ਉਹਨੇ ਰੰਗ ਲਾਉਣੇ ਆ ਉਹ ਚਾਹੇ ਕੁਝ ਵੀ ਨਾ ਹੋਵੇ ਉਹਨੇ ਕੀ ਕਰਨਾ ਉਹਦੀ ਮौज ਆ ਹਾਂਜੀ ਸਾਰਾ ਕੁਝ ਉਹਦੀ ਤੇ ਆ ਬਹੁਤ ਬਹੁਤ ਸ਼ੁਕਰੀਆ ਜੱਟਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਅਸੀਂ ਉਮੀਦ ਕਰਦੇ ਆ ਕਿ ਜਿਹੜਾ ਇਹ ਗਾਣਾ ਹੈ ਸੁਪਰ ਟੂਪਰ ਹਿੱਟ ਜਾਵੇ ਤਾਂ ਦਰਸ਼ਕਾਂ ਨੂੰ ਵੀ ਕਹੋ ਜਦੋਂ ਵੀ ਇਹ ਗਾਣਾ ਆਗੇ ਜਰੂਰ ਸੁਣਨਾ ਇੱਕ ਵਾਰ ਪਾਜੀ ਬਸ ਇਹੀ ਕਹਾਂਗੇ ਕਿ ਤਰੱਕੀ ਤਰੱਕੀ ਕਰੇ ਤੁਹਾਡੀ ਰੱਬ ਜਿੰਨੀ ਜੋ ਵੀ ਤੁਸੀਂ ਤੁਹਾਡੇ ਦਿਲ ਚ ਮਨੋ ਕਾਮਨਾ ਨੇ ਉਹ ਪੂਰੀਆਂ ਹੋਣ। ਇਹੀ ਸਾਡੀ ਦੁਆਏ। ਇਸ ਗੁਰਪ੍ਰੀਤ ਚੱਠਾ ਜੀ ਇਹਨਾਂ ਨੇ ਸਕਸੈਸ ਨੂੰ ਬਹੁਤ ਚੰਗੀ ਤਰ੍ਹਾਂ ਡਿਫਾਈਨ ਕੀਤਾ। ਇੱਕ ਮੈਨੂੰ ਲਾਈਨ ਯਾਦ ਆ ਰਹੀ ਆ ਅ ਅਮਿਤਆਵਚਨ ਸਰ ਨੇ ਕਹੀ ਸੀ ਸ਼ਾਇਦ ਉਹ ਕਿ ਇਸ ਮਕਾਮ ਤੇ ਪਹੁੰਚ ਜਾਣਾ ਤਾਂ ਠੀਕ ਹੈ। ਪਰ ਉੱਤੇ ਬਰਕਰਾਰ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਕਿਉਂਕਿ ਲੋਕਾਂ ਦੇ ਜਿਹੜੀਆਂ ਥੋੜੀਆਂ ਐਕਸਪੈਕਟੇਸ਼ਨਾਂ ਹੁੰਦੀਆਂ ਨੇ ਉਹ ਦਿਨੋਂ ਦਿਨ ਵੱਧਦੀਆਂ ਹੀ ਜਾਂਦੀਆਂ ਹੁੰਦੀਆਂ ਨੇ। ਕਿਨੇ ਹੁਣ ਵਧਿਆ ਗਿਆ ਤਾਂ ਹੁਣ ਇਹ ਉਹ ਤੋਂ ਵੀ ਵਧਿਆ ਕਰੇ ਫਿਰ ਉਹ ਤੋਂ ਵੀ ਵਧਿਆ ਕਰੇ ਇਹ ਅੱਗੇ ਅੱਗੇ ਵਧਦਾ ਜਾਂਦਾ ਹੀ ਹੁੰਦਾ ਮੈਨੂੰ ਇੱਕ ਰਾਹਤ ਇੰਦौरी ਸਾਬ ਜੀ ਦੀ ਇੱਕ ਸ਼ੇਰ ਯਾਦ ਆ ਰਿਹਾ ਕਿ ਸ਼ਾਖੋ ਸੇ ਟੁੱਟ ਜਾਏ ਉਹ ਪੱਤੇ ਨਹੀਂ ਹੈ ਹਮ ਆਂਧੀ ਕੋ ਕਹਿ ਦੋ ਕਿ ਆਪਣੀ ਔਕਾਤ ਮੇ ਰਹੀਂ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਅਜਿਆ ਹੋਰ ਚੰਗੇ ਇੰਟਰਵਿਊ ਚੰਗੀਆਂ ਰੂਹਾਂ ਨਾਲ ਤੁਹਾਨੂੰ ਸਮੇਂ-ਸਮੇਂ ਸਰ ਮਿਲਾਂਦੇ ਰਾਂਗੇ ਤਦ ਤੱਕ ਕਿ ਮੈਨੂੰ ਜਾਨੀ ਹਰਵਿੰਦਰ ਖੰਨਾ ਦੋਈ ਜ਼ਾਦਤ ਧੰਨਵਾਦ